ਸਵਾਗਤ ਡੀਡੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਕਹਿੰਦੇ ਨੇ ਸੱਜਣਾ ਤੂੰ ਸਾਡੇ ਵੱਲ ਹੋ ਜਾ ਕਿਸੇ ਮੁਸ਼ਕਿਲ ਦਾ ਹੱਲ ਹੋ ਜਾ ਦਿਲ ਚੋਂ ਨਿਕਲੇ ਦਿਲ ਵਿੱਚ ਲੈ ਜਾ ਐਸੀ ਕੋਈ ਗੱਲ ਹੋ ਜਾ ਗੱਲਾਂ ਸੀ ਅਕਸਰ ਹੀ ਕਰਦੇ ਆ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਅੱਜ ਵੀ ਕਰਾਂਗੇ ਕਿਉਂਕਿ ਗੱਲਾਂ ਤੇ ਗੀਤ ਹੈ ਪ੍ਰੋਗਰਾਮ ਐਸਾ ਕਿ ਗੀਤ ਹੁੰਦੇ ਨੇ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਤੇ ਗੱਲਾਂ ਉਹ ਹੁੰਦੀਆਂ ਨੇ ਜੋ ਜ਼ਿੰਦਗੀ ਨੂੰ ਨਵਾਂ ਮੋੜ ਦਿੰਦੀਆਂ ਨੇ ਅੱਜ ਵੀ ਬਿਲਕੁਲ ਨਵੇਂ ਮੋੜ ਵਾਲੀਆਂ ਗੱਲਾਂ ਹੀ ਕਰਾਂਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਸਾਨੂੰ ਪਤਾ ਨਹੀਂ ਕੀ ਕੁਝ ਹੋ ਜਾਣਾ ਆਉਣ ਵਾਲੇ ਸਮੇਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਨਾ ਤਾਂ ਅਸੀਂ ਆਉਣ ਵਾਲਾ ਸਮਾਂ ਟਾਲ ਸਕਦੇ ਹਾਂ ਤੇ ਨਾ ਹੀ ਜਾਣ ਸਕਦੇ ਹਾਂ ਪਰ ਇਸ ਸਮੇਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚਾਨਣ ਮਨਾਰਾ ਜ਼ਰੂਰ ਬਣਾ ਸਕਦੇ ਹਾਂ ਚਾਹੇ ਅਸੀਂ ਆਪ ਹੋਈਏ ਤੇ ਚਾਹੇ ਨਾ ਨਾ ਹੋਈਏ ਤਾਂ ਮਤਲਬ ਕਿ ਅਸੀਂ ਅੰਗਦਾਨ ਕਰ ਸਕਦੇ ਆ ਅੱਖਾਂਦਾਨ ਕਰ ਸਕਦੇ ਆ ਹੋਰ ਬਹੁਤ ਕੁਝ ਕਰ ਸਕਦੇ ਆ ਕਿ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਨਾਲ ਦੂਸਰੇ ਨੂੰ ਜ਼ਿੰਦਗੀ ਦੇ ਕੇ ਆਪਣੀ ਜ਼ਿੰਦਗੀ ਲਗਾਤਾਰ ਜਿਉਂਦੀ ਜਾਗਦੀ ਰੱਖ ਸਕਦੇ ਆ ਕਹਿੰਦੇ ਹੁੰਦੇ ਸੀ ਨਾ ਕਿ ਪਸ਼ੂਆਂ ਦੇ ਹੱਡ ਵਿਕਦੇ ਤੇਰਾ ਚੰਮ ਨਾ ਕਿਸੇ ਵੀ ਕੰਮ ਆਉਣਾ ਪਰ ਵਿਗਿਆਨ ਨੇ ਅੱਜ ਉਹਨਾਂ ਤੱਥਾਂ ਨੂੰ ਉਹਨਾਂ ਮਿੱਥਾਂ ਨੂੰ ਕੁਝ ਬਦਲ ਕੇ ਰੱਖ ਦਿੱਤਾ ਹੈ ਅੱਜ ਅਸੀਂ ਵੀ ਕਿਸੇ ਹੋਰ ਨੂੰ ਜ਼ਿੰਦਗੀ ਦੇ ਸਕਦੇ ਆ ਭਾਵੇਂ ਉਹ ਆਪਣੇ ਮਰਨ ਉਪਰੰਤ ਹੀ ਕਿਉਂ ਨਾ ਹੋਵੇ ਇਸੇ ਕਰਕੇ ਹੀ ਇਸ ਅੰਗਦਾਨ ਦੀ ਮਹੱਤਤਾ ਨੂੰ ਸਮਝਿਆ ਹੋਇਆ ਅੱਜ ਅਸੀਂ ਵਿਸ਼ਾ ਵੀ ਕੁਝ ਐਸਾ ਹੀ ਚੁਣਿਆ ਅੰਗਦਾਨ ਮਹਾਦਾਨ ਇਸ ਵਿਸ਼ੇ ਦੇ ਉੱਪਰ ਵਿਸਤਾਰਪੂਰਵਕ ਜਾਣਕਾਰੀ ਦੇਣ ਦੇ ਵਾਸਤੇ ਸਾਡੇ ਜਿਹੜੇ ਮਾਹਰ ਮਹਿਮਾਨ ਨੇ ਉਹਨਾਂ ਦਾ ਰਸਮੀ ਤੌਰ ਤੇ ਤਵਾੜੇ ਨਾਲ ਕਰਵਾ ਦਈਏ ਅੱਜ ਸਾਡੇ ਕੋਲ ਉਚੇਚੇ ਤੌਰ ਤੇ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਸ਼ੁਮਾਰ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਉਹਨੇ ਐਸਮ ਸਿੰਘ ਜੀ ਜਿਹੜੇ ਕਿ ਪਾਰ ਸਰਕਾਰ ਦੇ ਅਧਾਰੇ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਔਰ ਬਹੁਤ ਸਾਰੀਆਂ ਉਹ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਆਪਣੀ ਵੀ ਐਨਜੀਓ ਚਲਾ ਰਹੇ ਨੇ ਜਿੱਥੇ ਉਹ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਦੇ ਵਿੱਚ ਲਗਾਤਾਰ ਸਿਰ ਤੋੜੀ ਯਤਨ ਕਰ ਰਹੇ ਨੇ ਉੱਥੇ ਹੀ ਅੱਖਾਂ দান ਅੰਗਦਾਨ ਸਰੀਰਦਾਨ ਇਸ ਨੂੰ ਵੀ ਲੈ ਕੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰ ਰਹੇ ਨੇ ਔਰ ਇੱਥੋਂ ਤੱਕ ਕਿ ਆਪ ਵੀ ਉਹ ਅੰਗਦਾਨੀ ਸਰੀਰਦਾਨੀ ਔਰ ਪਤਾ ਨਹੀਂ ਕਿੰਨੀ ਵਾਰ ਖੂਨਦਾਨ ਕਰ ਚੁੱਕੇ ਨੇ ਐਸਮ ਸਿੰਘ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਤੁਹਾਡਾ ਧੰਨਵਾਦ ਯੋਗੀ ਜੀ ਮੈਂ ਡੀਡੀ ਪੰਜਾਬੀ ਦੇ ਹਰਮਨ ਪਿਆਰੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਆਪਣੇ ਆਪ ਨੂੰ ਵੱਡ ਭਾਗਾ ਸਮਝਦਾ ਕਿ ਤੁਸੀਂ ਮੈਨੂੰ ਖੂਬਸੂਰਤ ਤੇ ਵਧੀਆ ਸਰੋਤਿਆਂ ਦੇ ਸਾਹਮਣੇ ਆਪਣੇ ਵਿਚਾਰ ਆਪਣੇ ਕੰਮ ਜਿਹੜੇ ਨੇ ਉਹਨਾਂ ਦੇ ਰਾਹੀਂ ਹਾਜ਼ਰ ਹੋਣ ਦਾ ਮੌਕਾ ਦਿੱਤਾ ਜੀ ਜਿੱਥੋਂ ਤੱਕ ਤੁਸੀਂ ਕਿਹਾ ਕਿ ਅੰਗਦਾਨ ਜੀ ਮਹਾਦਾਨ ਜੀ ਮੈਂ ਇਸ ਤੋਂ ਪਹਿਲਾਂ ਮਨੁੱਖੀ ਜਿਹੜੀਆਂ ਮਨ ਹੈ ਹੂੰ ਉਹਦੇ ਤੇ ਗੱਲ ਕਰਾਂਗਾ ਹੂੰ ਕਿ ਜੋ ਮਨ ਹੈ ਹੂੰ ਆਦਮੀ ਉਹਦਾ ਗੁਲਾਮ ਹੈ ਹੂੰ ਤੇ ਗੁਰਬਾਣੀ ਦੇ ਵਿੱਚ ਕਿਹਾ ਗਿਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਛਾਨ ਜਦੋਂ ਸਾਡੀ ਵਿਅਕਤੀਗਤ ਜ਼ਿੰਦਗੀ ਦਾ ਜੋ ਮਨੋਰਥ ਹੈ ਜੀ ਜਦੋਂ ਅਸੀਂ ਮਨ ਦੀ ਉਸ ਅਵਸਥਾ ਨੂੰ ਸਮਝ ਜਾਵਾਂਗੇ ਅਸੀਂ ਇਸ ਜਗ ਤੇ ਕੀ ਕਰਨਾ ਆਏ ਹਾਂ ਤਾਂ ਮੈਂ ਸਮਝਦਾ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਸਾਡਾ ਜੀਣ ਦਾ ਜਿਹੜਾ ਮਨੋਰਥ ਹੈ ਉਹ ਸਫਲ ਮੰਨਿਆ ਜਾ ਸਕਦਾ ਜਾਂ ਸਫਲਤਾ ਦੇ ਵੱਲ ਵੱਧਾ ਇੱਕ ਕਦਮ ਜ਼ਰੂਰ ਸਾਬਤ ਹੋ ਸਕਦਾ ਹੈ ਮੀਲ ਪੱਥਰ ਭਾਵੇਂ ਉਹ ਬਣੇ ਜਾਂ ਨਾ ਬਣੇ ਬਿਲਕੁਲ ਜੀ ਜਦੋਂ ਅਸੀਂ ਆਪਣੇ ਆਪ ਨੂੰ ਪਛਾਣ ਲਿਆ ਜਦੋਂ ਅਸੀਂ ਆਪਣੇ ਅੰਦਰ ਜਗ ਦੀ ਜੋਤ ਨੂੰ ਔਰ ਆਪਣੇ ਮਨੋਰਥ ਨੂੰ ਪਛਾਣ ਲਿਆ ਫਿਰ ਤਾਂ ਅਸੀਂ ਜ਼ਿੰਦਗੀ ਦੇ ਸਿੱਧੇ ਰਾਹ ਤੇ ਉੱਪਰ ਆਪਣੇ ਆਪ ਹੀ ਆ ਜਾਣਗੇ ਇਹ ਤੁਸੀਂ ਕਹਿ ਰਹੇ ਹੋ ਔਰ ਇਹ ਸੱਚਮੁੱਚ ਇੱਕ ਅਜੀਹਾ ਕਥਨ ਹੈ ਜਿਸ ਨੂੰ ਕਦੇ ਵੀ ਚੁਟਲਾਇਆ ਨਹੀਂ ਜਾ ਸਕਦਾ ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਅੰਗਦਾਨ ਮਹਾਦਾਨ ਬਾਰੇ ਜਦੋਂ ਦਾਨ ਦੀ ਗੱਲ ਚੱਲਦੀ ਹੈ ਔਰ ਸਾਡੇ ਸ਼ਾਸਤਰਾਂ ਨੇ ਵੀ ਬਹੁਤ ਦਾਨ ਦਾ ਜ਼ਿਕਰ ਕੀਤਾ ਹੈ ਸਾਡੇ ਗ੍ਰੰਥਾਂ ਦੇ ਵਿੱਚ ਵੀ ਦਾਨ ਦਾ ਜ਼ਿਕਰ ਹੈ ਔਰ ਅਸਲ ਵਿੱਚ ਇਹ ਸਾਡੇ ਸ਼ਾਸਤਰਾਂ ਦੇ ਮੁਤਾਬਕ ਗ੍ਰੰਥਾਂ ਦੇ ਮੁਤਾਬਕ ਦਾਨ ਕਿਨੂੰ ਕਹੋਗੇ ਮੈਂ yogi ji ਮੈਂ ਥੋੜਾ ਜਿਹਾ ਇਸ ਤੋਂ ਹਟ ਕੇ ਆਪਣੇ ਵਿਚਾਰ ਰੱਖਦਾ ਜੀ ਕਿ ਦਾਨ ਉਸ ਚੀਜ਼ ਦਾ ਕੀਤਾ ਜਾਂਦਾ ਹੈਗਾ ਜਿਹੜੀ ਤੁਸੀਂ ਆਪ ਕਮਾਈ ਹੈਗੀ ਹੈ ਹਮ ਆਪ ਪ੍ਰਾਪਤ ਕੀਤੀ ਹੈਗੀ ਹੈ ਜੀ ਜਿਹੜੀ ਮਨੁੱਖਾ ਦੇਹ ਹੈਗੀ ਹੈ ਉਹ ਤਾਂ ਤੁਹਾਨੂੰ ਪ੍ਰਕਿਰਤੀ ਦੀ ਦੇਣ ਹੈ ਜੀ ਰੱਬ ਦੀ ਦੇਣ ਹੈ ਹਮ ਉਹਦੇ ਵਿੱਚ ਤੁਹਾਡਾ ਆਪਣਾ ਤੇ ਕੁਝ ਨਹੀਂ ਹੈ ਹਮ ਤੇ ਉਸ ਨੂੰ ਜੇ ਤੁਸੀਂ ਕਹੋ ਕਿ ਮੈਂ ਉਸ ਨੂੰ ਦਾਨ ਕਰ ਰਿਹਾ ਤੇ ਮੈਂ ਸਮਝਦਾ ਕਿ ਨਹੀਂ ਜੋ ਪ੍ਰਕਿਰਤੀ ਨੇ ਤੁਹਾਨੂੰ ਦਿੱਤਾ ਹੈਗਾ ਤੁਸੀਂ ਉਹਦੀ ਵਾਪਸੀ ਕਰ ਰਹੇ ਹੈਗੇ ਉਹ ਉਹਨੂੰ ਦਾਨ ਨਹੀਂ ਕਰ ਰਹੇ ਹੈਗੇ ਜੇ ਤੁਸੀਂ ਆਪਣੇ ਆਪ ਦੇ ਵਿੱਚ ਖੁਸ਼ ਹੋਣਾ ਚਾਹੁੰਦੇ ਹੋ ਕਿ ਮੈਂ ਇਹ ਦਾਨ ਕੀਤਾ ਤੇ ਮੈਂ ਸਮਝਦਾ ਚਲੋ ਆਪਾਂ ਨੂੰ ਮੰਨ ਲੈਨੇ ਆ ਜੀ ਜੀ ਠੀਕ ਹੈ ਗੁਰਬਾਣੀ ਦੇ ਵਿੱਚ ਜਿਹੜਾ ਅੰਗ ਹੈਗਾ 136 ਉਹਦੇ ਵਿੱਚ ਇਹ ਹੈ ਕਿ ਜਿਸ ਕੀ ਬਸਤ ਇਸ ਅਗੇ ਰੱਖ ਹੈ ਵੀ ਜੋ ਚੀਜ਼ ਸਾਨੂੰ ਜਿਸ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਜੀ ਜਿਸ ਰੱਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹਦੀ ਅਸੀਂ ਵਾਪਸੀ ਜਿਹੜੀ ਹੈਗੀ ਉਹ ਪਾ ਰਹੇ ਹਾਂ ਜੀ ਸਹਿਲ ਲੁਧਿਆਣਵੀ ਸਾਹਿਬ ਦਾ ਇੱਕ ਬੜਾ ਖੂਬਸੂਰਤ ਸ਼ੇਰ ਸੀ ਮੈਂ ਉਹਨੂੰ ਗੁਰਬਾਣੀ ਨਾਲ ਮੇਲ ਨਹੀਂ ਤਸ਼ਬੀਹ ਨਹੀਂ ਦੇ ਰਿਹਾ ਹੈਗਾ ਜੀ ਜੀ ਕਿਉਂ ਕਹਿੰਦੇ ਸੀ ਵੀ ਦੁਨੀਆ ਨੇ ਤਜਰਬਾਤੋ ਹਵਾਦਿਸ ਦੀ ਸ਼ਕਲ ਮੇ ਜੋ ਕੁਝ ਮੁਝੇ ਦਿਆ ਹੈ ਲੋਟਾ ਰਹਾ ਹੂੰ ਮੈਂ ਵਾਹ ਫਿਰ ਅਸੀਂ ਇੱਕ ਹੋਰ ਕਹਿੰਦੇ ਆ ਕਿ ਜੇ ਅਸੀਂ ਜਿਹੜਾ ਇਹ दान ਜੇ ਕਰ ਹੀ ਰਹੇ ਹੈਗੇ ਆ ਹਨ ਮੰਨ ਲਓ ਅਸੀਂ ਕਰ ਹੀ ਰਹੇ ਹੈਗੇ ਆ ਤੇ ਜੇ ਕਹਿੰਦੇ ਕਿ 68 ਤੀਰਥ ਸਗਲ ਪੰਨ ਹਮ ਇੱਕ ਜੀਵ ਇੱਕ ਜੀਵ ਦਇਆ ਪਰਵਾਣ ਹਮ ਕਿ ਸਾਡੇ 68 ਤੀਰਥ ਜਿਹੜੇ ਨੇ ਮੰਨੇ ਜਾਂਦੇ ਨੇ ਨਾ ਜੀ ਤੇ ਜੇ ਇੱਕ ਜੀਵ ਤੇ ਇੱਕ ਜੀਤ ਅਸੀਂ ਦਇਆ ਕਰਦੇ ਆ ਤੇ ਸਾਨੂੰ ਉਹਨਾਂ 68 ਤੀਰਥਾਂ ਦਾ ਇੱਕ ਪੁੰਨ ਜਿਹੜਾ ਹੈਗਾ ਉਹ ਲੱਗਦਾ ਜੀ ਤੇ ਜਿਹੜਾ ਅਸੀਂ ਅੰਗਦਾਨ ਕਰਨਾ ਜਾਂ ਖੂਨਦਾਨ ਕਰਨਾ ਜਾਂ ਸੰਪੂਰਨ ਸਰੀਰਦਾਨ ਕਰਨਾ ਹੈਗਾ ਉਹ ਤਾਂ ਘੱਟੋ-ਘੱਟ ਜਿਹੜਾ ਹੈਗਾ ਉਹ 62 ਬੰਦਿਆਂ ਦੇ ਕੰਮ ਆਉਣਾ ਹੈਗਾ ਤੇ ਤੁਸੀਂ ਤਾਂ 62 ਜੀਆਂ ਨੂੰ ਰੱਬ ਦੀ ਜੀਆਂ ਨੂੰ ਜਿਹੜਾ ਹੈਗਾ ਉਹ ਖੁਸ਼ ਕੀਤਾ ਹੈਗਾ ਤੇ ਤੁਹਾਡੇ ਤੇ ਤੇ ਜਿਹੜੇ ਕਿੰਨੇ ਕੁ ਤੀਰਥ ਜਿਹੜੇ ਨੇ ਅਣਗਿਣਤ ਤੀਰਥ ਜਿਹੜੇ ਹੈਗੇ ਨੇ ਉਹ ਬਣ ਜਾਣਗੇ ਬਿਲਕੁਲ ਜੀ ਪ੍ਰਮਾਤਮਾ ਖੁਸ਼ ਹੋ ਜਾਊਗਾ ਦਾਨਸੀ ਕਹਿੰਦੇ ਆ ਜੀ ਅਸੀਂ ਵਿਦਿਆ ਦਾ ਦਾਨ ਜਿਹੜਾ ਬੜਾ ਵਧੀਆ ਮੰਨਿਆ ਜਾਂਦਾ ਹੈਗਾ ਅ ਖੂਨਦਾਨ ਜਿਹੜਾ ਹੈਗਾ ਵਧੀਆ ਦਾਨ ਕੀਤਾ ਜਾਂਦਾ ਹੈਗਾ ਅਸੀਂ ਤਾਂ ਅੱਜ ਕੱਲ ਰੁੱਖਦਾਨ ਕਰਨ ਦੀ ਵੀ ਮੁਹਿੰਮ ਜਿਹੜੀ ਉਹ ਸ਼ੁਰੂ ਕੀਤੀ ਹੋਈ ਜੀ ਜੀ ਠੀਕ ਹੈ ਜੀ ਸਭ ਤੋਂ ਵੱਡਾ ਜਿਹੜਾ ਹੈਗਾ ਉਹਨੂੰ ਕਹਿੰਦੇ ਉਹ ਖੇਮਾਦਾਨ ਕਿਸੇ ਨੂੰ ਮੁਆਫ ਕਰ ਦੇਣਾ ਜਿਹੜਾ ਹੈ ਉਹ ਵੀ ਦਾਨ ਦੀ ਪ੍ਰਕਿਰਤੀ ਦੇ ਵਿੱਚ ਆਉਂਦਾ ਇਹਨੂੰ ਆਪਾਂ ਜੇ ਇਹਦਾ ਉੱਪਰ ਥੱਲੇ ਕਰਨਾ ਹੋਵੇ ਤੇ ਇਹ ਆਪੋ ਆਪਣੇ ਵਿਚਾਰ ਤੇ ਡਿਪੈਂਡ ਕਰਦਾ ਕਿ ਤੁਸੀਂ ਸਭ ਤੋਂ ਵੱਧ ਮਹੱਤਵਪੂਰਨ ਜਿਹੜਾ ਹੈਗਾ ਇਹਦਾ ਤੁਸੀਂ ਮਹਾਦਾਨ ਦੀ ਗੱਲ ਕਰਦੇ ਹੋ ਤੁਸੀਂ ਇਹਨੂੰ ਮਹਾਦਾਨ ਨੂੰ ਕਿਸ ਸ਼੍ਰੇਣੀ ਚ ਰੱਖਦੇ ਹੋ ਉਹ ਅਸੀਂ ਸਾਡੇ ਆਪਣੇ ਜਿਹੜੇ ਮਾਣਯੋਗ ਸੂਝਵਾਨ ਸ਼ਰੋਤੇ ਨੇ ਉਹਨਾਂ ਦੇ ਛੱਡ ਦਿੰਦੇ ਆ ਬਿਲਕੁਲ ਜੀ ਔਰ ਜੇਕਰ ਹੁਣ ਅਸੀਂ ਅੰਗਦਾਨ ਦੀ ਗੱਲ ਕਰਦੇ ਆਂ ਜੀ ਅੰਗਦਾਨ ਦੇ ਇਹਦੇ ਕੀ ਜੇਕਰ ਮੈਨੇ ਤੁਹਾਡੇ ਕੋਲ ਸਮਝਣੇ ਹੋਣ ਕਿਉਂਕਿ ਤੁਸੀਂ ਇਸ ਖੇਤਰ ਦੇ ਵਿੱਚ ਲਗਾਤਾਰ ਵਿਚਰ ਰਹੇ ਹੋ ਔਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੋ ਲੋਕਾਂ ਨੂੰ ਪ੍ਰੇਰਿਤ ਵੀ ਕਰ ਰਹੇ ਹੋ ਤੁਹਾਡੀ ਨਜ਼ਰ ਦੇ ਵਿੱਚ ਅੰਗਦਾਨ ਕੀ ਹੈ ਮੇਰੀ ਨਜ਼ਰ ਦੇ ਵਿੱਚ ਅੰਗਦਾਨ ਜੋ ਹੈ ਜੋ ਮੈਂ ਮਹਿਸੂਸ ਕੀਤਾ ਜਦ ਤੱਕ ਅਸੀਂ ਮਹਿਸੂਸ ਨਹੀਂ ਕਰਾਂਗੇ ਅਸੀਂ ਕਿਸੇ ਵੀ ਕੰਮ ਨੂੰ ਅ ਕਿਰਿਆ ਦੇ ਵਿੱਚ ਨਹੀਂ ਲਿਆ ਸਕਦੇ ਜੀ ਕਾਰਜ ਦੇ ਵਿੱਚ ਨਹੀਂ ਲਿਆ ਸਕਦੇ ਹੂੰ ਤਾਂ ਮੈਂ ਜਦੋਂ ਆਪਣੇ ਜੀਵਨ ਦੀ ਸ਼ੁਰੂਆਤ ਆਪਣੇ ਐਨਜੀਓ ਤੋਂ ਕੀਤੀ ਜੀ ਤਾਂ ਮੈਂ ਤੇ ਮੇਰੀ ਪਤਨੀ ਸ਼੍ਰੀਮਤੀ ਸਰਬਜੀਤ ਕੌਰ ਨੇ ਹੂੰ ਕਿਹਾ ਕਿ ਜੇ ਅਸੀਂ ਇਸ ਖੇਤਰ ਦੇ ਵਿੱਚ ਕੰਮ ਕਰਨਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਸ਼ਰੀਰਦਾਨ ਕਰਕੇ ਇੱਕ ਉਦਾਹਰਣ ਜਿਹੜੀ ਹੈ ਉਹ ਪੇਸ਼ ਕਰਨੀ ਚਾਹੀਦੀ ਹੈ ਹੂੰ ਮੈਂ ਇਹਨੂੰ ਉਦਾਹਰਣ ਪੇਸ਼ ਨਹੀਂ ਕਰਨਾ ਚਾਹਾਂਗਾ ਮੈਂ ਸਮਝਦਾ ਕਿ ਅਸੀਂ ਇੱਕ ਆਪਣੀ ਇੱਕ ਜ਼ਿੰਮੇਵਾਰੀ ਹੈਗੀ ਹੈ ਜੀ ਇੱਕ ਵਿਅਕਤੀਗਤ ਜ਼ਿੰਮੇਵਾਰੀ ਹੈਗੀ ਹੈ ਹੂੰ ਇੱਕ ਨੈਤਿਕ ਜ਼ਿੰਮੇਵਾਰੀ ਹੈਗੀ ਹੈ ਜਿਹਨੂੰ ਅਸੀਂ ਮੋਰਲ ਡਿਊਟੀ ਵੀ ਕਹਿੰਦੇ ਆ ਐਥਿਕਸ ਨਾਲ ਅਸੀਂ ਜੋੜ ਕੇ ਇਹਨੂੰ ਮਤਲਬ ਵੀ ਲੈਂਦੇ ਹੈਗੇ ਆ ਹੂੰ ਫਿਰ ਅਸੀਂ ਇਹਨੂੰ ਇੱਕ ਰਾਸ਼ਟਰੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਮੈਂ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਜਿਸ ਸਮਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਜਿਸ ਮੁਵਾਸ਼ਰੇ ਨੇ ਮੈਨੂੰ ਬਹੁਤ ਕੁਝ ਦਿੱਤਾ ਹੈਗਾ ਮੈਂ ਉਹਦੀ ਕੁਝ ਤਾਂ ਵਾਪਸੀ ਕਰਾਂ ਜੀ ਉਹਨਾਂ ਦਾ ਹੱਕ ਬਣਦਾ ਹੈ ਨਾ ਮੇਰੇ ਤੇ ਬਿਲਕੁਲ ਉਹ ਹੱਕ ਜਿਤਾ ਵੀ ਸਕਦੇ ਨੇ ਮੈਂ ਉਹ ਹੱਕ ਦੀ ਵਾਪਸੀ ਜਿਹੜੀ ਹੈ ਉਹ ਪਾਵਾਂ ਫਿਰ ਇੱਕ ਬ੍ਰਹਿਮੰਡਵਾਸੀ ਹੋਣ ਦੇ ਨਾਤੇ ਮੈਂ ਆਪਣੇ ਆਪ ਨੂੰ ਰੀਜਨਲਿਜ਼ਮ ਦੇ ਵਿੱਚ ਨਹੀਂ ਬਨਣਾ ਚਾਹੁੰਦਾ ਮੈਂ ਵਿਸ਼ਵ ਨਾਗਰਿਕ ਹ ਇਹ ਸਾਡੀ ਇੱਕ ਵਿਸ਼ਵਿਕ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਔਰ ਮੇਰੀ ਵੀ ਮੈਂ ਸਮਝਿਆ ਤੇ ਫਿਰ ਮੈਂ ਆਪਣਾ ਜਿਹੜਾ ਸੀ ਇੱਕ ਐਨਜੀਓ ਸ਼ੁਰੂ ਕਰਕੇ ਖੂਨਦਾਨ ਅੰਗਦਾਨ ਸਵੱਛਤਾ ਅਭਿਆਨ ਇਹ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਅਸੀਂ ਕਿਸ ਤਰ੍ਹਾਂ ਕਰ ਸਕਦੇ ਹੈਗੇ ਇਸ ਤੋਂ ਮੈਂ ਆਪਣਾ ਜਿਹੜਾ ਹੈਗਾ ਉਹ ਕਾਰਜ ਜਿਹੜਾ ਸੀ ਉਹ ਰੰਭਿਆ ਸੀ ਔਰ ਮੈਂ ਇਸ ਗੱਲ ਤੇ ਬੜਾ ਖੁਸ਼ ਹ ਕਿ ਉਹ ਆਪਣਾ ਮਜਰੂ ਸੁਲਤਾਨ ਪਰੀ ਸਾਹਿਬ ਦਾ ਸ਼ਾਹ ਦੇ ਸ਼ੇਰ ਹੈ ਜੀ ਕਿ ਮੈਂ ਆਕੇਲਾ ਹੀ ਚਲਾ ਥਾ ਜਾਨਵੈ ਮੰਜ਼ਿਲ ਮਗਰ ਲੋਕ ਸਾਥਾਤੇ ਗਏ ਔਰ ਕਾਰਵਾ ਬਣਤਾ ਗਿਆ ਬਿਲਕੁਲ ਜੀ ਔਰ ਜਦੋਂ ਚੰਗੇ ਕੰਮ ਦੇ ਵੱਲ ਤੁਸੀਂ ਚੱਲਦੇ ਹੋ ਤੁਹਾਡੀ ਮੰਜ਼ਿਲ ਜਿਹੜੀ ਆ ਉਹ ਚੰਗੀ ਹੁੰਦੀ ਹੈ ਉਹ ਮੰਜ਼ਿਲ ਤੁਹਾਨੂੰ ਖੁਦ ਉਡੀਕਦੀ ਹੈ ਔਰ ਨਾਲ ਫਿਰ ਤੁਹਾਡੇ ਲੋਕ ਵੀ ਬਗਲਗੀਰ ਹੋ ਕੇ ਚੱਲਦੇ ਨੇ ਔਰ ਫਿਰ ਕਾਫਲਾ ਸੱਚਮੁੱਚ ਵੱਡਾ ਹੁੰਦਾ ਜਾਂਦਾ ਔਰ ਜੇਕਰ ਅਸੀਂ ਇਸ ਅੰਗਦਾਨ ਦੀ ਗੱਲ ਕਰਦੇ ਹਾਂ ਜੀ ਸਿੰਘ ਸਾਹਿਬ ਜਿਹੜੇ ਅੰਗਦਾਨ ਦੀ ਜਿਹੜੀ ਪ੍ਰਥਾ ਇਹ ਕਿੱਥੋਂ ਕਿਵੇਂ ਤੇ ਕਿੱਦਾਂ ਚੱਲੀ ਆ ਮੈਂ ਸਮਝਦਾ ਕਿ ਅੰਗਦਾਨ ਦੀ ਪ੍ਰਥਾ ਦਾ ਜ਼ਿਕਰ ਸਾਡੇ ਸ਼ਾਸਤਰਾਂ ਦੇ ਵਿੱਚ ਵੀ ਹੈ ਸ਼ਿਵਜੀ ਮਹਾਰਾਜ ਨੇ ਕਹਿੰਦੇ ਜਦੋਂ ਆਪਣੇ ਗਣੇਸ਼ ਜੀ ਦਾ ਸਿਰ ਸੀ ਜਿਹੜਾ ਹਨਾ ਉਹ ਮਤਲਬ ਵੀ ਦੁਬਾਰਾ ਮਤਲਬ ਰੀਟਰਾਂਸਪਲੈਂਟ ਕੀਤਾ ਤੇ ਮੇਰੇ ਖਿਆਲ ਹੈ ਕਿ ਰੀਟਰਾਂਸਪਲੈਂਟੇਸ਼ਨ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀਗੀ ਚਾਹੇ ਉਸ ਸਮੇਂ ਸ਼ਾਇਦ ਸਾਡੇ ਗੁਰੂਆਂ ਨੂੰ ਸ਼ਾਇਦ ਸਾਡੇ ॠषि मुਨੀਆਂ ਨੂੰ ਇਹ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖੀ ਸਰੀਰਾਂ ਦੇ ਵਿੱਚ ਸਾਨੂੰ ਮਤਲਬ ਕਿ ਅੰਗ ਜਿਹੜੇ ਹੈਗੇ ਨੇ ਉਹ ਦੂਜੇ ਦੇ ਲਗਾਉਣ ਦੀ ਲੋੜ ਪਏਗੀ ਤੇ ਨਹੀਂ ਤਾਂ ਸ਼ਾਇਦ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੇ ਆਪਣੇ ਸ਼ਾਸਤਰਾਂ ਦੇ ਵਿੱਚ ਔਰ ਗੁਰਬਾਣੀ ਦੇ ਵਿੱਚ ਵੀ ਇਹ ਜ਼ਿਕਰ ਕਰ ਦਿੱਤਾ ਹੁੰਦਾ ਕਿ ਭਾਈ ਆਪਣੇ ਜਿਹੜੇ ਅੰਗ ਨੇ ਉਹ ਵੀ ਦਾਨ ਕਰੋ ਕਿਉਂਕਿ ਇਹ ਸਾਨੂੰ ਮਨੁੱਖੀ ਸਰੀਰਾਂ ਨੂੰ ਇਹਦੀ ਵੀ ਲੋੜ ਪੈ ਸਕਦੀ ਹੈ ਇਹ ਵੀ ਤਾਂ ਹੋ ਸਕਦਾ ਕਿ ਉਹ ਕ੍ਰਿਸ਼ਮਾ ਇਸੇ ਕਰਕੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੀ ਜ਼ਰੂਰਤ ਪੈਣੀ ਹੈ ਜੀ ਬਿਲਕੁਲ ਮੈਂ ਤੇ ਸਮਝਦਾ ਜੀ ਔਰ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਨੂੰ ਜਿਵੇਂ ਤੁਸੀਂ ਪਹਿਲਾਂ ਕਹਿੰਨੇ ਸੀਗੇ ਕਿ ਦਾਨ ਉਸ ਚੀਜ਼ ਦਾ ਹੁੰਦਾ ਕਿ ਜਿਹੜੀ ਆਪਾਂ ਖੁਦ ਕਮਾਈ ਹੋਵੇ ਜੀ ਇਹ ਸਰੀਰ ਜਿਹੜਾ ਸਾਨੂੰ ਇਹ ਕੁਦਰਤ ਵੱਲੋਂ ਮਿਲਿਆ ਹੋਇਆ ਔਰ ਇਸ ਕੁਦਰਤ ਵਿੱਚ ਇਹਨੇ ਨਾਸ਼ਵਾਨ ਹੋ ਜਾਣਾ ਔਰ ਇਹ ਜਿਹੜੀ ਚੀਜ਼ ਹੈ ਫਿਰ ਹੁਣ ਇਸ ਨੂੰ ਅਸੀਂ ਦਾਨ ਕਿਉਂ ਕਹਿੰਨੇ ਆ ਇਹ ਦਾਨ ਹੀ ਕਿਉਂ ਕਿਹਾ ਜਾਂਦਾ ਦੇਖੋ ਇਹ ਇਹ ਸਾਡੀਆਂ ਧਾਰਨਾਵਾਂ ਨੇ ਇਹ ਸਾਡੇ ਬਿਲੀਫ ਨੇ ਤੇ ਜੇ ਧਾਰਨਾਵਾਂ ਤੇ ਬਿਲੀਫ ਇਹਨੂੰ ਮੰਨਦੇ ਨੇ ਤੇ ਸਾਨੂੰ ਵੀ ਮੰਨਣ ਚ ਕੋਈ ਹਰਜ਼ ਨਹੀਂ ਹੈ ਕਿਉਂਕਿ ਜਿਹੜੀ ਆਵਾਜ਼ੇ ਖਲਕੋ ਨਗਾਰਾਏ ਖੁਦਾ ਸਮਝੋ ਜਿਹੜੀ ਜਿਹੜੀ ਗੱਲ ਨੂੰ ਸਾਰੀ ਦੁਨੀਆ ਮੰਨ ਰਹੀ ਹੈਗੀ ਹੈ ਤੇ ਫਿਰ ਆਪਾਂ ਉਹਨੂੰ ਮੰਨ ਲੈਣੇ ਚਾਹੀਦੇ ਪੀ ਇਹਨੂੰ ਇਹਨੂੰ ਦਾਨ ਦੀ ਛਰੇਣੀ ਚ ਲੈ ਲਓ ਕੋਈ ਹਰਦ ਨਹੀਂ ਆ ਜੀ 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 ਕੋਈ ਹਰਦ ਨਹੀਂ ਮੇਰੇ ਕੱਲੇ ਦੇ ਕਹਿਣ ਨਾਲ ਤਾਂ ਗੱਲ ਮਤਲਬ ਪੀ ਐਵੇਂ ਬਾਕੀ ਲੋਕਾਂ ਨੂੰ ਨਹੀਂ ਚਟੁਲਾ ਸਕਦਾ ਮੇਰਾ ਆਪਣਾ ਵਿਅਕਤੀਗਤ ਵਿਚਾਰ ਅਲੱਗ ਹੈ ਲੇਕਿਨ ਜਿਹੜੇ ਦੂਸਰੇ ਨੂੰ ਮਹਾਦਾਨ ਗਿੰਦੇ ਨੇ ਤੇ ਮੈਨੂੰ ਵੀ ਮਹਾਦਾਨ ਮੰਨਣ ਚ ਕੋਈ ਇਤਰਾਜ਼ ਨਹੀਂ ਹੈ ਜੀ ਤੇ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਅੰਗਦਾਨ ਦੀਆਂ ਅੰਗਦਾਨ ਦੀਆਂ ਜਿਹੜੀਆਂ ਕਿੰਨੀਆਂ ਕੁ ਕਿਸਮਾਂ ਹੈਗ ਕਿ ਜਿਹੜੀਆਂ ਅਸੀਂ ਅੰਗ ਕਿਹੜੇ-ਕਿਹੜੇ ਆ ਜਿਹੜੇ ਅਸੀਂ ਅੰਗ ਦਾਨ ਕਰ ਸਕਦੇ ਆ ਅੰਗ ਦਾਨ ਕਰਨ ਤੋਂ ਕਿਉਂਕਿ ਆਮ ਤੌਰ ਤੇ ਅਸੀਂ ਅੱਖਾਂ ਦਾ ਤਾਂ ਜ਼ਿਆਦਾ ਸਮਝਦੇ ਆ ਜੀ ਜੀ ਅਸੀਂ ਕਹਿੰਨੇ ਹੁੰਦੇ ਆ ਕਿ ਭਈ ਜਿਉਂਦੇ ਜੀ ਖੂਨਦਾਨ ਹੂੰ ਤੇ ਮਰਦੇ-ਮਰਦੇ ਸਰੀਰਦਾਨ ਹੂੰ ਠੀਕ ਆ ਜੀ ਜੀ ਜੇ ਮਨੁੱਖ ਅਸੀਂ ਹੂੰ ਮੈਂ ਜੇ ਆਪਣੇ ਮਰਨ ਤੋਂ ਬਾਅਦ ਬਹੁਤ ਸਾਰੇ ਸ਼ਰੀਰਾਂ ਦੇ ਵਿੱਚ ਜਿੰਦਾ ਰਹਿਣਾ ਚਾਹਣਾ ਹੂੰ ਤਾਂ ਮੈਨੂੰ ਆਪਣਾ ਸਰੀਰਦਾਨ ਕਰ ਦੇਣਾ ਚਾਹੀਦਾ ਹੂੰ ਦਾਨ ਦੀਆਂ ਜਿਹੜੀਆਂ ਸਰੀਰਦਾਨ ਦੀਆਂ ਜਿਹੜੀਆਂ ਅਲੱਗ-ਅਲੱਗ ਕਿਸਮਾਂ ਨੇ ਇੱਕ ਤਾਂ ਹੁੰਦਾ ਕਿ ਤੁਸੀਂ ਆਪਣਾ ਸੰਪੂਰਨ ਸ਼ਰੀਰ ਜਿਹੜਾ ਹੈਗਾ ਉਹ ਦਾਨ ਕਰ ਦੇਣਾ ਹੂੰ ਕਿ ਭਾਈ ਮੇਰੇ ਮਰਨ ਤੋਂ ਬਾਅਦ ਮੇਰਾ ਸ਼ਰੀਰ ਜੋ ਹੈ ਉਹ ਦਾਨ ਕਰ ਦਿੱਤਾ ਜਾਵੇ ਹੂੰ ਠੀਕ ਹੈ ਜੀ ਉਸ ਦਾਨ ਬਾਰੇ ਬਕਾਇਦਾ ਇਕ ਫਾਰਮ ਭਰਿਆ ਜਾਂਦਾ ਹੈਗਾ ਉਹ ਫਾਰਮ ਕੋਈ ਵੀ ਐਨ ਜੀਓਜ਼ ਬਹੁਤ ਸਾਰੇ ਐਨ ਜੀਓਜ਼ ਇਸ ਖੇਤਰ ਦੇ ਵਿੱਚ ਕੰਮ ਕਰ ਰਹੇ ਹੈਗੇ ਨੇ ਕੋਈ ਵੀ ਐਨ ਜੀਓ ਇਹ ਫਾਰਮ ਭਰ ਦਿੰਦਾ ਹੈਗਾ ਬਹੁਤ ਸਾਰੇ ਕਾਲਜਸ ਦੇ ਵਿੱਚ ਮੈਡੀਕਲ ਕਾਲਜਸ ਦੇ ਵਿੱਚ ਹਸਪਤਾਲਾਂ ਦੇ ਵਿੱਚ ਇਹਦਾ ਫਾਰਮ ਜਿਹੜਾ ਹੈਗਾ ਅਵੇਲੇਬਲ ਹੈ ਜੀ ਆਨਲਾਈਨ ਇਹ ਫਾਰਮ ਜਿਹੜਾ ਹੈਗਾ ਅਵੇਲੇਬਲ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਹਰ ਬੰਦੇ ਨੇ ਆਪਣਾ ਨੈਟ ਤੇ ਕੰਮ ਕਰਦਾ ਹੈਗਾ ਤੁਸੀਂ ਵੀ ਕਿਸੇ ਵੀ ਸਾਈਟ ਤੇ ਜਾ ਕੇ ਆਪਣਾ ਅੰਗਦਾਨ ਦਾ ਸਰੀਰਦਾਨ ਦਾ ਅੱਖਾਂਦਾਨ ਦਾ ਜਿਹੜਾ ਹੈਗਾ ਉਹ ਫਾਰਮ ਜਿਹੜਾ ਭਰ ਕੇ ਆਪਣੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਜਾਂ ਰੱਬ ਨੂੰ ਉਹਦੀ ਸੰਪਤੀ ਜੀ ਵਾਪਸ ਕਰਨ ਦਾ ਸ਼ਾਦੀ ਭਰਨ ਵਾਲਾ ਇੱਕ ਜ਼ਿੰਮੇਵਾਰ ਮਨੁੱਖ ਜਿਹੜਾ ਤੁਸੀਂ ਬਣ ਸਕਦੇ ਹੋ ਜੀ ਔਰ ਜਿਵੇਂ ਤੁਸੀਂ ਦੱਸਿਆ ਕਿ ਇੱਕ ਫਾਰਮ ਭਰਨਾ ਪੈਂਦਾ ਹੈ ਇਹ ਤੇ ਸਾਰਿਆਂ ਨੂੰ ਪਤਾ ਹੈ ਕਿ ਇਹ ਫਾਰਮ ਭਰਨਾ ਪੈਂਦਾ ਹੈ। ਜੀ। ਹੋਰ ਜਿਹੜੀਆਂ ਇਸ ਅੰਗਦਾਨ ਨੂੰ ਲੈ ਕੇ ਆ ਹੋਰ ਬਹੁਤ ਸਾਰੀਆਂ ਜਿਹੜੀਆਂ ਕੋਈ ਫਾਰਮੈਲਿਟੀਆਂ ਹੋਣਗੀਆਂ, ਪ੍ਰਕਿਰਿਆਵਾਂ ਹੋਣਗੀਆਂ। ਵੀ ਇੱਕ ਜੇਕਰ ਕਿਸੇ ਬੰਦੇ ਦੇ ਮਨ ਦੇ ਵਿੱਚ ਆ ਗਿਆ ਕਿ ਮੈਂ ਅੰਗਦਾਨ ਕਰਨਾ ਚਾਹੁੰਦਾ ਜਾਂ ਸ਼ਰੀਰਦਾਨ ਕਰਨਾ ਚਾਹੁੰਦਾ ਤੇ ਉਹ ਕਿੱਥੇ ਜਾਵੇ, ਕਿਹਨੂੰ ਮਿਲੇ, ਕੀ ਕਰੇ, ਕੀ ਪ੍ਰਕਿਰਿਆ ਹੈਗੀ ਪੂਰੀ ਸੰਪੂਰਨ ਰੂਪ ਦੇ ਵਿੱਚ। ਜਦੋਂ ਵੀ ਆਪਾਂ ਸ਼ਰੀਰਦਾਨ ਕਰਨਾ ਹੈ ਜਾਂ ਕੋਈ ਅੰਗਦਾਨ ਕਰਨਾ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਆਪਣਾ ਮਨ ਜਿਹੜਾ ਹੈਗਾ ਉਹਨੂੰ ਸਥਿਰ ਕਰਕੇ ਇੱਕ ਧ੍ਰਿੜ ਨਿਸ਼ਚਾ ਕਰਨਾ ਕਿਉਂਕਿ ਆਪਾਂ ਜਿਹੜਾ ਇੱਕ ਫਾਰਮ ਆਪਾਂ ਭਰਦੇ ਹਾਂ ਨਾ ਉਹਨੂੰ ਅਸੀਂ ਬਲੈਜ ਫਾਰਮ ਕਰਨੇ ਆ ਜੀ ਕਿ ਆਪਾਂ ਇੱਕ ਸ਼ਪਤ ਲੈਣੇ ਆ ਜਾਂ ਇੱਕ ਮਨ ਦੇ ਵਿੱਚ ਇੱਕ ਧਾਰਨਾ ਬਣਾਉਣੀ ਆ ਕਿ ਭਾਈ ਮੈਂ ਇਹ ਕੰਮ ਕਰਨਾ ਹੈ ਕੰਮ ਕਰਨ ਦਾ ਪ੍ਰਣ ਲੈਣਾ ਹੂੰ ਉਹ ਪ੍ਰਣ ਤੁਸੀਂ ਲੈ ਲਿਆ ਜੀ ਲੇਕਿਨ ਉਹ ਪਰ ਜਿਹੜਾ ਹੈਗਾ ਉਹ ਸਫਲ ਉਦੋਂ ਹੀ ਹੋਵੇਗਾ ਜਦੋਂ ਉਹਦੀ ਜਿਹੜੀ ਹੈਗੀ ਐਗਜ਼ੀਕਿਊਸ਼ਨ ਹੋਏਗੀ ਹਮ ਕੱਲਾ ਸਰੀਰਦਾਨ ਕਰਨ ਦਾ ਫਾਰਮ ਭਰਨ ਨਾਲ ਤੇ ਗੱਲ ਨਹੀਂ ਬਣਦੀ ਜੀ ਤੁਹਾਨੂੰ ਜਿਸ ਵੀ ਬੰਦੇ ਨੇ ਆਪਣਾ ਸਰੀਰਦਾਨ ਜਾਂ ਅੰਗਦਾਨ ਕਰਨਾ ਹੈ ਉਹ ਆਪਣੇ ਪਰਿਵਾਰ ਨੂੰ ਕੌਨਫੀਡੈਂਸ ਦੇ ਵਿੱਚ ਲਵੇ ਕਿ ਦੇਖੋ ਮੈਂ ਆਪਣਾ ਸਰੀਰ ਜਿਹੜਾ ਹੈਗਾ ਸੰਪੂਰਨ ਜਾਂ ਪਾਰਸ਼ੀਅਲ ਹਮ ਜਿਹੜਾ ਹੈਗਾ ਦਾਨ ਕਰ ਰਿਹਾ ਜੀ ਠੀਕ ਹੈ ਔਰ ਬਕਾਇਦਾ ਉਨੂੰ ਇਹਦੇ ਫਾਇਦੇ ਵੀ ਦੱਸਨੇ ਚਾਹੀਦੇ ਨੇ ਹੂੰ ਕੁਝ ਲੋਕੀ ਇਹਨੂੰ ਧਾਰਮਿਕ ਦ੍ਰਿਸ਼ਟੀ ਤੋਂ ਸਰੀਰਦਾਨ ਕਰਨਾ ਚਾਹਣਗੇ ਹੂੰ ਹੂੰ ਕੁਝ ਲੋਕੀ ਇਹਨੂੰ ਦਾਨ ਦੀ ਭਾਵਨਾ ਨਾਲ ਮਤਲਬ ਪੀ ਦਾਨ ਕਰਨਾ ਚਾਹਣਗੇ ਕੁਝ ਲੋਕੀ ਇਹਨੂੰ ਫਰਜ਼ ਦੀ ਫਰਜ਼ ਦੀ ਅਦਾਇਗੀ ਜਿਹੜੀ ਹੈ ਉਹਦੇ ਤਹਿਤ ਜਿਹੜਾ ਇਹਨੂੰ ਮਤਲਬ ਦਾਨ ਕਰਨਾ ਚਾਹਣ ਜੀ ਮੈਂ ਜਦੋਂ ਸਰੀਰਦਾਨ ਕੀਤਾ ਸੀ ਤਾਂ ਬਹੁਤ ਸਾਰੇ ਅਖਬਾਰਾਂ ਨੇ ਮਤਲਬ ਲਿਖਿਆ ਸੀ ਕਿ ਮੇਰੀ ਮੌਤ ਤੋਂ ਬਾਅਦ ਮੈਂ ਜਿਹੜੇ ਰੁੱਖ ਲਾਏ ਹੈਗੇ ਨੇ ਉਹਨਾਂ ਰੁੱਖਾਂ ਨੂੰ ਮੇਰੇ ਇਸ ਚਿੱਤਾਂ ਦੇ ਉੱਪਰ ਪਾਉਣ ਦੀ ਲੋਡ ਨਹੀਂ ਪੈਗੀ ਉਹ ਰੁੱਕ ਜਿੰਦਾ ਰਹਿਣਗੇ ਜਿੰਦਾ ਰਹਿਣਗੇ ਹੂੰ ਮੇਰੇ ਮਰਨ ਤੋਂ ਬਾਅਦ ਵਾਤਾਵਰਨ ਦੇ ਵਿੱਚ ਧੂਆਂ ਨਹੀਂ ਉੱਠੇਗਾ ਵਾਤਾਵਰਨ ਦੂਸ਼ਿਤ ਨਹੀਂ ਹੋਏਗਾ ਹੂੰ ਮੇਰੇ ਮਰਨ ਤੋਂ ਬਾਅਦ ਨੌਇਜ਼ ਪੋਲੂਸ਼ਨ ਨਹੀਂ ਹੋਏਗਾ ਜਿਹੜੇ ਮਰਨ ਪਰੰਤ ਲੋਕੀ ਜਿਹੜੇ ਨੇ ਰੋਂਦੇ ਨੇ ਕੁਰਲਾਉਂਦੇ ਨੇ ਕਿ ਪਤਾ ਨਹੀਂ ਉਹ ਸਾਡਾ ਕੀ ਲੈ ਗਿਆ ਇਹਦਾ ਕਿਸੇ ਦਾ ਕੀ ਦੇਣਾ ਸੀ ਬਹਿਨ ਜੀ ਜਿਹੜੇ ਮੈਨੂੰ ਰੋਈ ਜਾਂਦੇ ਨੇ ਵੀ ਮੈਨੂੰ ਛੱਡ ਕੇ ਉਹ ਰੋਣਾ ਕਰਾਉਣਾ ਜਿਹੜਾ ਨਹੀਂ ਹੋਏਗਾ ਵਾਤਾਵਰਨ ਵੀ ਨੌਇਸ ਪੋਲੂਸ਼ਨ ਵੀ ਨਹੀਂ ਹੋਏਗੀ ਹੂੰ ਫਿਰ ਸਾਗ ਸਬੰਧੀਆਂ ਦਾ ਆਉਣ ਜਾਣ ਵਾਲਿਆਂ ਦਾ ਸਮਾਂ ਬਚੇਗਾ ਉਹ ਚੱਲ ਯਾਰ ਮੋਰ ਵੀ ਮਕਾਨ ਜਾਈਏ ਯਾਰ ਬਈ ਯਾਰ ਜਿਹਦੇ ਫੁੱਲ ਚੁਗਣੇ ਉੱਤੇ ਜਾਈਏ ਯਾਰ ਚੱਲ ਯਾਰ ਕੁੜੀ ਹੈ ਉੱਤੇ ਉਹਨੂੰ ਧਰਵਾਸ ਦੀ ਆਈਏ ਜਾ ਕੇ ਚਲੋ ਯਾਰਾ ਕੱਪੜੇ ਦੇ ਆਈਏ ਬਹੁਤ ਸਾਰੇ ਬੇਫਜ਼ੂਲ ਜਿਹੜੇ ਰਿਵਾਜ ਜਿਹੜੇ ਆਗੇ ਨੇ ਕਿ ਵਿਦੰਤੀਆਂ ਜਿਹੜੀਆਂ ਸਾਡੀਆਂ ਇਹਦੇ ਨਾਲ ਜੁੜੀਆਂ ਇਹ ਤੋਂ ਬਚਾ ਹੈਗਾ ਔਰ ਮੋਰ ਇੰਪੋਰਟੈਂਟ ਜਿਹੜਾ ਹੈਗਾ ਉਹ ਇਹ ਹੈ ਕਿ ਇਹਦੇ ਨਾਲ ਸਾਡੀ ਆਰਥਿਕਤਾ ਸਾਡਾ ਵਿੱਤ ਜਿਹੜਾ ਹੈਗਾ ਵੀ ਜੁੜਿਆ ਹੈਗਾ ਹੂੰ ਕਿ ਅਸੀਂ ਆਪਣੇ ਬੇਲੋੜੇ ਖਰਚੇ ਜਿਹੜੇ ਅਸੀਂ ਮਕਾਨਾਂ ਤੇ ਤੇ ਮਰਨ ਤੇ ਲਾਉਨੇ ਆ ਉਹ ਜੋ ਤੂੰ ਬਚ ਜਾਣੇ ਹੈਗੇ ਬਿਲਕੁਲ ਔਰ ਸਭ ਤੋਂ ਵੱਡਾ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਬਹੁਤ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਕਰਾਉਣ ਦੇ ਵਿੱਚ ਸક્ષਮ ਹੁੰਦੇ ਆ ਜੀ ਔਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਵੱਡੀ ਇੱਕ ਆਪਾਂ ਮਿਸਾਲ ਕਾਇਮ ਕਰਦੇ ਕਿ ਜਦੋਂ ਇੱਕ ਬੰਦਾ ਚਲਿਆ ਜਾਂਦਾ ਹੈ ਇਸ ਜਹਾਨ ਤੋਂ ਰੁਖਸਤ ਹੁੰਦਾ ਹੈ ਉਸਨੇ ਅੰਗ ਦਾਨ ਕੀਤੇ ਹੁੰਦੇ ਨੇ ਜਾਂ ਸ਼ਰੀਰ ਦਾਨ ਕੀਤਾ ਹੁੰਦਾ ਹੈ ਬਹੁਤ ਸਾਰੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਜਾਂਦਾ ਹੈ ਔਰ ਉਹ ਕਈਆਂ ਦੇ ਦਿਲਾਂ ਦੇ ਵਿੱਚ ਧੜਕਦਾ ਰਹਿ ਜਾਂਦਾ ਜਿਉਂਦਾ ਜਾਗਦਾ ਮੁਰ ਤੋਂ ਰਹਿ ਜਾਂਦਾ ਹੈ ਇੱਕ ਕਹਿਣ ਦਾ ਮਤਲਬ ਕਿ ਅਮਰ ਹੋ ਜਾਂਦਾ ਹੈ ਉਹ ਮਰਦਾ ਨਹੀਂ ਪਰ ਜੇਕਰ ਅਸੀਂ ਗੱਲ ਕਰੀਏ ਕਿ ਮੰਨ ਲਓ ਕੋਈ ਅੰਗ ਦਾਨ ਕਰ ਗਿਆ ਜੀ ਠੀਕ ਹੈ ਨਾ ਤੇ ਹੁਣ ਉਸ ਅੰਗਦਾਨ ਕਰਨ ਦੇ ਲਈ ਜਾਂ ਕਰਨ ਤੋਂ ਬਾਅਦ ਜਿਹੜੀ ਆ ਇਹ ਪਰਿਵਾਰ ਦੀ ਜਿਹੜੀ ਸਹਿਮਤੀ ਹੈ ਪਰਿਵਾਰ ਦਾ ਸਹਿਯੋਗ ਜਿਹੜਾ ਆ ਪਰਿਵਾਰ ਦੀ ਜਾਗਰੂਕਤਾ ਜਿਹੜੀ ਹੈ ਪਰਿਵਾਰ ਦਾ ਸੁਚੇਤ ਹੋਣਾ ਜਿਹੜਾ ਇਹ ਕਿੰਨਾ ਕਿ ਜ਼ਰੂਰੀ ਹੈ ਮੈਂ ਇਹ ਜੀ ਯਕੀਨਨ 100% ਹੂੰ ਅ ਕੁਝ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਕਿਸੇ ਨੇ ਸਰੀਰਦਾਨ ਕੀਤਾ ਸੀ ਹੂੰ ਪਤਾ ਲੱਗ ਗਿਆ ਐਨ ਜੀਓ ਵਾਲੇ ਹਸਪਤਾਲ ਵਾਲੇ ਜਦੋਂ ਉਹ ਸ੍ਰੀਲੈਂਡ ਪਹੁੰਚੇ ਜਾਂ ਅੱਖਾਂ ਨਾਣ ਪਹੁੰਚੇ ਤੇ ਕਰਦਿਆ ਨੇ ਕਿਹਾ ਵੀ ਅਸੀਂ ਦਰ ਨਹੀਂ ਦੇਣਾ ਬਈ ਹੂੰ ਫਿਰ ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਨੇ ਸਾਨੂੰ ਇਹ ਜਿਹੜਾ ਫਾਰਮ ਹੈਗਾ ਉਹ ਭਰ ਕੇ ਦਿੱਤਾ ਸੀ ਜੀ ਔਰ ਇਹਨੇ ਆਪਣੀ ਇੱਛਾ ਪ੍ਰਗਟਾਈ ਇਹਨੇ ਪਲੈਜ ਲਿਆ ਹੈਗਾ ਇਹਦੇ ਨਾਲ ਇਸ ਬੰਦੇ ਦੇ ਜ਼ਿੰਮੇਵਾਰ ਦੀ ਸਿਗਨੇਚਰ ਨੇ ਤੇ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਇਹ ਫਾਰਮ ਭਰਿਆ ਗਿਆ ਹੈ ਤੇ ਤੁਸੀਂ ਜਿਹੜਾ ਇਹ ਸਰੀਰ ਹੈਗਾ ਮਤਲਬ ਇਹ ਜਿਹੜਾ ਜਾਂ ਅੱਖਾਂ ਜਿਹੜੀਆਂ ਦਾਨ ਕੀਤੀਆਂ ਨੇ ਇਹ ਸਾਨੂੰ ਤੁਸੀਂ ਦੇ ਦੇਵੋ ਤਾਂ ਕਿ ਉਹਦਾ ਜ਼ਿੰਦਗੀ ਪ੍ਰਤੀ ਜਾਂ ਜੋ ਅਕੀਦਾ ਸੀ ਜਾਂ ਉਹਦਾ ਇੱਕ ਪ੍ਰਣ ਸੀ ਉਹ ਉਹਨੂੰ ਪੂਰਾ ਕਰਨ ਦੇ ਵਿੱਚ ਸਾਡੀ ਤੁਸੀਂ ਹੈਲਪ ਕਰੋ ਔਰ ਉਹਦੇ ਵਿੱਚ ਕੁਝ ਲੋਕੀ ਕਨਵਿੰਸ ਵੀ ਹੋ ਜਾਂਦੇ ਨੇ ਕੁਝ ਲੋਕੀ ਕਨਵਿੰਸ ਨਹੀਂ ਹੁੰਦੇ ਔਰ ਇਸ ਤੋਂ ਬਿਹਤਰ ਹੁੰਦਾ ਕਿ ਕੁਝ ਲੋਕ ਕੀ ਕਰਦੇ ਨੇ ਕਿ ਉਹਨੂੰ ਅੰਗ ਦਾਨ ਨੂੰ ਸਰੀਰ ਦਾਨ ਨੂੰ ਆਪਣੀ ਵਸੀਅਤ ਦਾ ਹਿੱਸਾ ਬਣਾ ਲੈਂਦੇ ਜੀ ਜੀ ਜਦੋਂ ਆਪੇ ਵਸੀਅਤ ਕਰਨੀ ਪਈ ਆ ਆ ਜਾਇਦਾਦ ਮੇਰੀ ਕੁੜੀ ਦੇ ਨਾਂ ਤੇ ਆ ਆ ਜਾਇਦਾਦ ਮੇਰੀ ਮੁੰਡੇ ਦੇ ਨਾਂ ਤੇ ਆ ਇਹ ਤਾਂ ਹੀ ਪੂਰੀ ਹੋਣੀ ਹੈ ਜੇ ਇਹ ਮੇਰਾ ਸਰੀਰ ਜਿਹੜਾ ਹੈ ਜਾਂ ਮੇਰੀਆਂ ਅੱਖਾਂ ਜਿਹੜੀਆਂ ਮੇਰੇ ਮਰਨ ਉਪਰੰਤ ਦਾਨ ਕਰ ਦਿੰਨੇ ਆ ਔਰ ਇਹ ਇਸ ਤੋਂ ਵੱਡੀ ਜਾਗਰੂਕਤਾ ਜਿਹੜੀ ਸਮਾਜ ਦੇ ਵਿੱਚ ਸ਼ਾਇਦ ਦੂਜੀ ਨਹੀਂ ਹੋ ਸਕਦੀ ਜੀ ਅ ਜਿਵੇਂ ਤੁਸੀਂ ਵਸੀਅਤ ਦੀ ਗੱਲ ਕੀਤੀ ਆ ਕਿ ਅੰਗਦਾਨ ਵਾਲੇ ਜਿਹੜੇ ਲੋਕ ਵਸੀਅਤ ਕਰ ਸਕਦੇ ਨੇ ਜਿੱਦਾਂ ਸੀ ਆਪਣੀਆਂ ਜ਼ਮੀਨ ਜਾਇਦਾਦ ਦੀ ਵਸੀਅਤ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਰਜਿਸਟਰਡ ਵਸੀਅਤ ਜਿਹੜੀ ਆ ਇਹ ਬੰਦਾ ਕਰ ਜਵੇ ਇਸ ਤਰ੍ਹਾਂ ਜੀ ਬਿਲਕੁਲ ਕਰਨੀ ਚਾਹੀਦੀ ਹੈ ਮੈਂ ਕੀਤੀ ਹੈ ਹਮ ਅੱਛਾ ਮੇਰੇ ਬੱਚੇ ਵਿਦੇਸ਼ ਚ ਨੇ ਹਮ ਕੱਲ ਨੂੰ ਇੱਥੇ ਕੋਈ ਹੋਵੇ ਜਾਂ ਨਾ ਹੋਵੇ ਮੇਰੇ ਐਨ ਜੀਓਜ਼ ਨੂੰ ਬਾਕੀ ਲੋਕਾਂ ਨੂੰ ਪਤਾ ਹੈ ਲੇਕਿਨ ਮੇਰੀ ਮੇਰੇ ਪਿੱਛੇ ਇੱਕ ਮੇਰੀ ਵਿਲ ਵੀ ਪਈ ਹੈ ਵਸੀਅਤ ਵੀ ਪਈ ਹੈ ਜਿਸ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਬੱਚਿਆਂ ਨੂੰ ਪੂਰੀ ਕਰਨੀ ਪਵੇਗੀ ਜੀ ਬਿਲਕੁਲ ਔਰ ਵਸੀਅਤ ਦੇ ਉੱਪਰ ਤੁਸੀਂ ਇੱਕ ਸਤਰਾ ਬੋਲਦੇ ਹੁੰਦੇ ਆ ਔਰ ਬਾਦੀ ਬਿਲਕੁਲ 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 ਉਹ 17 ਜੇਕਰ ਇਸ ਵੇਲੇ ਇਸ ਮੌਕੇ ਤੇ ਹੋ ਜਾਣਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਉਹ ਜੀ ਇੱਕ ਮਾਂ ਦੀ ਬਲਾਸ਼ਾ ਹੈ ਇੱਕ ਮਾਂ ਦੀ ਵਸੀਅਤ ਹੈ ਜੀ ਕਿ ਪੁੱਤ ਜੇ ਤੂੰ ਮੇਰਾ ਬੀਬਾ ਪੁੱਤ ਹੂੰ ਪੁੱਤ ਜੇ ਤੂੰ ਮੇਰਾ ਬੀਬਾ ਪੁੱਤ ਤਾਂ ਮੇਰੀ ਪੁੱਤ ਇੱਕ ਚਰੋਖ ਕਣੀਰੀ ਜਪੂਰੀ ਕਰੀ ਹੂੰ ਮੇਰੀ ਇੱਕ ਚਰੋਖਣੀ ਰੀਜ ਪੂਰੀ ਕਰੀ ਮੈਂ ਇਸ ਜਗ ਤੋਂ ਜਦ ਅੱਖਾਂ ਮੀਚਾਂ ਹੂੰ ਮੈਂ ਇਸ ਜਗ ਤੋਂ ਹੂੰ ਜਦ ਅੱਖਾਂ ਮੀਚਾਂ ਤਾਂ ਮੇਰੀਆਂ ਅੱਖਾਂ ਜ਼ਿੰਦਾ ਰੱਖੀ ਵਾਹ ਬਹੁਤ ਅੱਛਾ ਤਾਂ ਮੇਰੀਆਂ ਅੱਖਾਂ ਜ਼ਿੰਦਾ ਰੱਖੀ ਜ਼ਿੰਦਾ ਰੱਖੀ ਮੇਰੇ ਮਰਨੇ ਤੇ ਮੇਰੇ ਲਾਏ ਰੁਕ ਦਾ ਬਲਣ ਨਾ ਪਾਵੇਂ ਹੂੰ ਮੇਰੀ ਚਿਤਾ ਤੇ ਮੇਰੇ ਮਰਨੇ ਤੇ ਮੇਰੇ ਲਾਏ ਰੁੱਖਾਂ ਦਾ ਬਾਲਣ ਨਾ ਬਾਲਣ ਨਾ ਭਾਵੀ ਮੈਂ ਰੱਬ ਦੀ ਕਰਜ਼ਦਾਰ ਨਹੀਂ ਮਰਨਾ ਚਾਹੁੰਦੀ ਵਾਹ ਮੈਂ ਰੱਬ ਦੀ ਕਰਜ਼ਦਾਰ ਨਹੀਂ ਮਰਨਾ ਚਾਹੁੰਦੀ ਪੁੱਤ ਮੇਰੇ ਮੇਰਾ ਦਿੱਤਾ ਸਰੀਰ ਰੱਬ ਨੂੰ ਵਾਪਸੀ ਪਾ ਦੇਵੀਂ ਪੁੱਤ ਮੇਰੀ ਚਰੁਕਣੀ ਰੀਜ ਪੂਰੀ ਕਰ ਦੇਵੀਂ ਮੈਂ ਜੇ ਤੂੰ ਮੇਰਾ ਬੀਬਾ ਪੁੱਤ ਜੇ ਤੂੰ ਮੇਰਾ ਬੀਬਾ ਬਹੁਤ ਖੂਬ ਜੀ ਬਹੁਤ ਖੂਬ اور ਸੱਚਮੁੱਚ ਇਹ ਬੀਬੇ ਪਤ ਬਣ ਕੇ ਸਾਨੂੰ ਵੀ ਉਸ ਸਮਾਜ ਦੇ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਆ ਉਸ ਨੂੰ ਨਿਭਾਉਂਦਿਆਂ ਹੋਇਆਂ ਇਹ ਸੱਚਮੁੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਔਰ ਫਿਲਹਾਲ ਇਸ ਵੇਲੇ ਗੱਲਾਂ ਤੇ ਗੀਤ ਵਿੱਚ ਇੱਕ ਗੀਤ ਲਈ ਰੁਕਾਂਗੇ ਵਾਪਸ ਆਣ ਕੇ ਮੁਰ ਗੱਲਾਂ ਬਾਤਾਂ ਹੋਣਗੀਆਂ ਅੰਗਦਾਨ ਮਹਾਦਾਨ ਦੇ ਬਾਰੇ ਕਿ ਚੱਪਕਦੇ ਆ ਪਤਾ ਨਹੀਂ ਲੱਗਣਾ ਕਦ ਹਵਾ ਦੇ ਵਿੱਚ ਰਲ ਜਾਣੇ ਨੇ ਸਾਜੀ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜ਼ੀ ਸੱਚਮੁੱਚ ਸਾਨੂੰ ਦੇ ਰੰਗਾਂ ਦਾ ਕੁਝ ਨਹੀਂ ਪਤਾ ਪਰ ਸਾਨੂੰ ਆਪਣੇ ਫਰਜ਼ਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਸਾਡਾ ਫਰਜ਼ ਸਾਨੂੰ ਕੀ ਕਹਿੰਦਾ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਤੁਸੀਂ ਆਪਣਾ ਫਰਜ਼ ਨਿਭਾਉਣਾ ਅੱਜ ਅਸੀਂ ਅੰਗਦਾਨ ਮਹਾਦਾਨ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਔਰ ਸਾਡੀ ਗੱਲਬਾਤ ਵਿੱਚ ਸ਼ਾਮਲ ਨੇ ਐਸਐਮ ਸਿੰਘ ਜੀ ਜਿਹੜੇ ਕਿ ਆਪਣੇ ਇਸ ਖੇਤਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲਗਾਤਾਰ ਸਿਰ ਤੋੜੀ ਯਤਨ ਕਰ ਰਹੇ ਨੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਐਸਮ ਸਿੰਘ ਜੀ ਆਪਾਂ ਜੇਕਰ ਗੱਲ ਨੂੰ ਅੱਗੇ ਤੋਰੀਏ ਜੀ ਤੇ ਅੰਗਦਾਨ ਦੀ ਅਸੀਂ ਗੱਲ ਕਰ ਰਹੇ ਹਾਂ ਕਿਹੜੇ ਕਿਹੜੇ ਅੰਗ ਨੇ ਆਮ ਤੌਰ ਤੇ ਤੇ ਅਸੀਂ ਇਹੀ ਕਹਿੰਦੇ ਹਾਂ ਕਿ ਅੱਖਾਂ ਦਾਨ ਕਰ ਦਿਓ ਜੀ ਹੋਰ ਕਿਹੜੇ ਕਿਹੜੇ ਅੰਗ ਨੇ ਜਿਹੜੇ ਦਾਨ ਕੀਤੇ ਜਾਂਦੇ ਨੇ ਕਿਉਂਕਿ ਇੱਕ ਤਾਂ ਸਰੀਰ ਤੁਸੀਂ ਦੱਸਦਾ ਕਿ ਪੂਰਾ ਆਪਾਂ ਸਰੀਰ ਵੀ ਦਾਨ ਕਰ ਸਕਦੇ ਹਾਂ ਪਾਰਸ਼ਲ ਜੇਕਰ ਆਪਾਂ ਕਰਨਾ ਹੋਵੇ ਤੇ ਅੰਗ ਕਿਹੜੇ ਕਿਹੜੇ ਦਾਨ ਕੀਤੇ ਜਾ ਸਕਦੇ ਨੇ ਮੈਂ ਇਹਦੀ ਆਪਣੇ ਤੌਰ ਤੇ ਇਹਨੂੰ ਥੋੜਾ ਵਿਸਥਾਰਪੂਰਵਕ ਜਿਹੜਾ ਮਤਲਬ ਦੱਸਣਾ ਚਾਹਾਂਗਾ ਜੀ ਕਿ ਇੱਕ ਹੈ ਮਰਨ ਉਪਰੰਤ ਸਰੀਰਦਾਨ ਹੋਣਾ ਹਾਂ ਠੀਕ ਹੈ ਜੀ ਮੌਤ ਤਾਂ ਹਰ ਇੱਕ ਨੂੰ ਆਉਣੀ ਹੈ ਔਰ ਅਵਸ਼્ય ਭਾਵੀ ਹੈ ਜੀ ਇੱਕ ਕਈ ਵਾਰੀ ਕੀ ਹੁੰਦਾ ਹੈ ਕਿ ਕਿਸੇ ਐਕਸੀਡੈਂਟ ਦੇ ਕਾਰਨ ਅਸੀਂ ਜਿਹੜੇ ਹੈਗੇ ਆ ਉਹ ਬ੍ਰੇਨ ਡੈਡ ਹੋ ਜਾਂਦੇ ਆ ਹਾਂ ਬ੍ਰੇਂਡਡ ਦਾ ਮਤਲਬ ਸਾਡਾ ਦਿਮਾਗ ਜਿਹੜਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਔਰ ਸਾਡੇ ਸਰੀਰ ਦੇ ਬਾਕੀ ਅੰਗ ਜਿਹੜੇ ਹੈਗੇ ਨੇ ਉਹ ਹਰਕਤ ਦੇ ਵਿੱਚ ਰਹਿੰਦੇ ਨੇ ਕੰਮ ਕਰਦੇ ਰਹਿੰਦੇ ਨੇ ਤੇ ਡਾਕਟਰ ਜਿਹੜੇ ਹੈ ਨੇ ਉਹਨਾਂ ਨੂੰ ਲਾਈਫ ਸਪੋਰਟ ਤੇ ਮਤਲਬ ਰੱਖਦੇ ਹੈਗੇ ਤੇ ਘਰ ਵਾਲਿਆਂ ਨੂੰ ਇਹ ਦੱਸਤਾ ਜਾਂਦਾ ਕਿ ਭਾਈ ਇਹ ਬੰਦਾ ਕਲੀਨਿਕਲੀ ਡੈੱਡ ਹੈ ਜੇ ਤੁਸੀਂ ਇਹਨੂੰ ਬਨੋਟੀ ਸਾਹ ਦੇ ਕੇ ਜਿੰਦਾ ਰੱਖਣਾ ਹੈ ਤਾਂ ਉਹ ਆਪਣੀ ਤੁਹਾਡੀ ਇੱਛਾ ਹੈਗੀ ਹੈ ਅਦਰਵਾਈਜ਼ ਇਹ ਕਲੀਨਿਕਲੀ ਡੈੱਡ ਹੈਗਾ ਉਹਨੂੰ ਅਸੀਂ ਬ੍ਰੇਨ ਡੈਡ ਪਰਸਨ ਕਹਿੰਦੇ ਹਨ ਜੀ ਤਾਂ ਜਿਹੜਾ ਬ੍ਰੇਨ ਡੈਡ ਪਰਸਨ ਹੈ ਉਹਦੇ ਜੇ ਘਰ ਦੇ ਬੇਸ਼ੱਕ ਉਹਨੇ ਪਹਿਲਾਂ ਸਰੀਰਦਾਨ ਕਰਨ ਦਾ ਫਾਰਮ ਜਿਹੜਾ ਉਹ ਭਰਿਆ ਹੈ ਜਾਂ ਨਹੀਂ ਭਰਿਆ ਹੈਗਾ ਉਹਦੇ ਪਰਿਵਾਰ ਦੇ ਜਿਹੜੇ ਨੇ ਲੋਕ ਉਹ ਜੇ ਸਹਿਮਤ ਹੋਣ ਤਾਂ ਉਹ ਕਿਸੇ ਵੀ ਇੰਸਟੀਚੂਟ ਨੂੰ ਪੁਲਿਸ ਨੂੰ ਇਨਫੋਰਮ ਕਰ ਸਕਦੇ ਹੈਗੇ ਨੇ ਡਾਕਟਰ ਜਿਹੜੇ ਹੈਗੇ ਡਾਕਟਰਾਂ ਦਾ ਇੱਕ ਪੈਨਲ ਹੈ ਬਕਾਇਦਾ ਉਹਨੂੰ ਇਹ ਸਰਟੀਫਾਈ ਕਰਦਾ ਹੈ ਕਿ ਨਾਉ ਦਾ ਪਰਸਨ ਇਸ ਬ੍ਰੇਨ ਡੈਡ ਹਮ ਕਲੀਨਿਕਲੀ ਡੈਡ ਜੀ ਇਹਦੇ ਹੁਣ ਜ਼ਿੰਦਾ ਹੁੰਦੇ ਕੋਈ ਚਾਂਸਸ ਜਿਹੜੇ ਨੇ ਉਹ ਨਹੀਂ ਹੈ ਕਿ ਮੁਕੰਮਲ ਤੌਰ ਤੇ ਦਿਗਤ ਹੋ ਚੁੱਕੀ ਹੈ ਤਾਂ ਫਿਰ ਉਹਦੀ ਜਿਹੜੀ ਸੂਚਨਾ ਹੈਗੀ ਹੈ ਉਹ ਇੱਕ ਮੈਡੀਕਲ ਕਾਲਜਸ ਨੂੰ ਦਿੱਤੀ ਹੈ ਦਿੱਤੀ ਜਾਂਦੀ ਹੈਗੀ ਜਿੱਥੇ ਆਰਗਨ ਰੀਟਰਾਂਸਪਲੈਂਟੇਸ਼ਨ ਜਿਹੜੀ ਹੈ ਹੁੰਦੀ ਹੈ ਹਮ ਰੀਟਰਾਂਸਪਲੈਂਟੇਸ਼ਨ ਦਾ ਮਤਲਬ ਹੈ ਜਿੱਦਾਂ ਆਪਾਂ ਚੋਨਾ ਬੀਜਦੇ ਆ ਨਾ ਪਨੀਰੀ ਪਨੀਰੀ ਪੱਟਦੇ ਆ ਤੇ ਉਹ ਪਨੀਰੀ ਜਿਹੜੀ ਉਹ ਖੇਤਾਂ ਦੇ ਵਿੱਚ ਲਾਉਂਦੇ ਹੈਗੇ ਇਸੇ ਤਰ੍ਹਾਂ ਹੀ ਇੱਕ ਬ੍ਰੇਨ ਡੈਡ ਵਿਅਕਤੀ ਦੇ ਜਿਹੜੇ ਸਰੀਰ ਦੇ ਜਿਹੜੇ ਅੰਗ ਹੈਗੇ ਨੇ ਉਹ ਦੂਸਰੇ ਸਰੀਰ ਦੇ ਵਿੱਚ ਜਿਹਨੂੰ ਆਪਾਂ ਪੌਦਾ ਰੋਪਣ ਕਹਿੰਦੇ ਆ ਪਨੀਰੀ ਲਾਉਣੀ ਹੈਗੀ ਹੈ ਉਹ ਵੱਖ-ਵੱਖ ਸਰੀਰਾਂ ਦੇ ਵਿੱਚ ਉਹਦੀ ਜਿਹੜੀ ਉਹ ਅੰਗ ਜਿਹੜੇ ਹੈਗੇ ਨੇ ਉਹਨਾਂ ਨੂੰ ਪ੍ਰਤਿਉਪਿਤ ਹਿੰਦੀ ਦੇ ਵਿੱਚ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਪਤਾਨੀ ਨੂੰ ਕੀ ਕਹਿੰਦੇ ਨੇ ਕਿਉਂਕਿ ਟੈਕਨੀਕਲ ਭਾਸ਼ਾ ਹੈ ਜੀ ਤੇ ਅੰਗਰੇਜ਼ੀ ਵਿੱਚ ਨੂੰ ਰੀ ਟ੍ਰਾਂਸਪਲੈਂਟੇਜ ਜਿਹੜੀ ਹੈ ਉਹ ਉਹ ਕਰ ਦਿੱਤੀ ਜੀ 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 ਅੰਗ ਜਿਹੜੇ ਆ ਮੁਰ دوسری ਥਾਂ ਤੇ ਇੱਕ ਥਾਂ ਤੋਂ ਉਹਨਾਂ ਦੇ ਵਿੱਚ ਆ ਜਾਂਦਾ ਜੀ ਤੁਹਾਡਾ ਜਿਹੜਾ ਹਾਰਟ ਹੈ ਹਾਂ ਹਾਂ ਉਹ ਹੈ ਤੁਹਾਡਾ ਤੁਹਾਡਾ ਜਿਹੜਾ ਲਿਵਰ ਹੈ ਹਾਂ ਹਾਂ ਲਿਵਰ ਤੁਸੀਂ ਜਿਉਂਦੇ ਜੀ ਵੀ ਕਰ ਸਕਦੇ ਹੈਗੇ ਉਹ ਅੱਛਾ ਜੀ ਕੁਝ ਸਰੀਰ ਦੇ ਅੰਗ ਜਿਹੜੇ ਹੈਗੇ ਨੇ ਉਹ ਤੁਸੀਂ ਜਿਉਂਦੇ ਜੀ ਵੀ ਕਰ ਸਕਦੇ ਜਿਦਾਂ ਤੁਹਾਡੀ ਇੱਕ ਕਿਡਨੀ ਜਿਹੜੀ ਹੈ ਜੀ ਜੀ ਤੁਸੀਂ ਆਪਣੀ ਇੱਕ ਗੱਡਣੀ ਦੇ ਸਾਰੇ ਵੀ ਜਿੰਦਾ ਰਹਿ ਸਕਦੇ ਹੋ ਜੀ ਸ਼ਾਇਦ ਆਮ ਲੋਕਾਂ ਨੂੰ ਇਸ ਗੱਲ ਦਾ ਬਾਰੇ ਪਤਾ ਨਾ ਹੋਵੇ ਕਿ ਜੇ ਤੁਹਾਡੇ ਕਿਸੇ ਦੋਸਤ ਮਿੱਤਰ ਨੂੰ ਤੁਹਾਡੇ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਤੁਹਾਡੇ ਕਿਸੇ ਹੋਰ ਲੋੜਵੰਦ ਵਿਅਕਤੀ ਨੂੰ ਜੇ ਤੁਹਾਡੇ ਗਰੁੱਪ ਦੀ ਜਿਹੜੀ ਗੱਡਣੀ ਜਿਹੜੀ ਹੈ ਜੇ ਤੁਸੀਂ ਆਪਣੀ ਦਾਨ ਕਰਨਾ ਚਾਹੋ ਤਾਂ ਤੁਸੀਂ ਇੱਕ ਮਨੁੱਖ ਨੂੰ ਨਹੀਂ ਸਗੂ ਇੱਕ ਉਹਦੇ ਪੂਰੇ ਪਰਿਵਾਰ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਉਹ ਦੇ ਸਕਦੇ ਹੋ ਤੇ ਜਿਹੜਾ ਲਿਵਰ ਹੈਗਾ ਲਿਵਰ ਜਿਹੜਾ ਹੈ ਉਹ ਗਰੋ ਕਰਦਾ ਹੈਗਾ ਜੀ ਤੋ ਜੇ ਆਪਾਂ ਆਪਣਾ ਲੀਵਰ ਜਿਹੜਾ ਪਾਰਸ਼ਲੀ ਕਿਸੇ ਨੂੰ ਡੋਨੇਟ ਕਰ ਦਿੰਨੇ ਹੈਗੇ ਆ ਤੇ ਉਹ ਜਿਹੜਾ ਲੀਵਰ ਜਿਹੜਾ ਹੈਗਾ ਤੁਹਾਡੀ ਪਹਿਲਾ ਵਾਲੀ ਅਵਸਥਾ ਦੇ ਵਿੱਚ ਆ ਜਾਂਦਾ ਔਰ ਲੀਵਰ ਜਿਹੜਾ ਹੈਗਾ ਦੂਸਰੇ ਬੰਦੇ ਨੂੰ ਦਾਨ ਕਰਕੇ ਤੁਸੀਂ ਇਹਦੀ ਲਾਈਫ ਜਿਹੜੀ ਵੀ ਦੱਸਦੇ ਔਰ ਲੀਵਰ ਟ੍ਰਾਂਸਪਲੈਂਟ ਕਰਨ ਤੇ ਬਹੁਤ ਵੱਡੀ ਭਾਰੀ ਰਕਮ ਜਿਹੜੀ ਹੈਗੀ ਉਹ ਲੋਕਾਂ ਨੂੰ ਖਰਚ ਕਰਨੀ ਪੈਂਦੀ ਜੀ 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 ਔਰ ਜੇਕਰ ਅਸੀਂ ਗੱਲ ਕਰੀਏ ਆਰਗਨ ਰੀ ਟ੍ਰਾਂਸਪਲੈਂਟੇਸ਼ਨ ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਪ੍ਰੋਸੈਸ ਜਿਹੜੀ ਆ ਇਸ ਪ੍ਰੋਸੈਸ ਦਾ ਸਾਡੇ ਆਪਣੇ ਪੰਜਾਬ ਦੇ ਵਿੱਚ ਭਾਰਤ ਵਿੱਚ ਕੀ ਸਥਿਤੀ ਹੈਗੀ ਇਹਦੀ ਆ ਸੰਪੂਰਨ ਭਾਰਤ ਦੇ ਵਿੱਚ ਮੈਂ ਮੇਰੇ ਕੋਲ ਲੇਟੈਸਟ ਸਟੈਟਿਸਟਿਕਸ ਤਾਂ ਨਹੀਂ ਹੋਣਗੇ ਸ਼ਾਇਦ ਨਵੰਬਰ 2021 ਤੱਕ ਦੇ ਅੰਕੜੇ ਜਿਹੜੇ ਮੇਰੇ ਕੋਲ ਹੈਗੇ ਨੇ ਕਿਉਂਕਿ ਹਰ ਦਿਨ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਰਹਿੰਦੀਆਂ ਨੇ ਤੇ ਇਸ ਵੇਲੇ ਹਿੰਦੁਸਤਾਨ ਦੇ ਵਿੱਚ 25 ਜਿਹੜੇ ਹੈਗੇ ਨੇ ਉਹ ਗ੍ਰੀਨ ਕਾਰੀਡੋਰਸ ਬਣੇ ਹੈਗੇ ਨੇ ਹੂੰ ਤੁਸੀਂ ਕਹੋ ਜੀ ਗ੍ਰੀਨ ਕਾਰੀਡੋਰ ਤਾਂ ਉਹ ਹੁੰਦੇ ਜਿੱਥੇ ਉੱਧ ਰਕਤਾਂ ਦੀ ਝੁੰਡ ਹੋਣ ਤੇ ਆੜੇ-ਥੜੇ ਦਰਖਤ ਹੋਣ ਲੱਗੇ ਕੋਈ ਚਸ਼ਮਾ ਵਹਿੰਦਾ ਹੋਵੇ ਤੇ ਉਹਨੂੰ ਅਸੀਂ ਗ੍ਰੀਨ ਕਾਰੀਡੋਰ ਕਹਿੰਦੇ ਨਹੀਂ ਸਾਡੀ ਅੱਜ ਅੱਜਕੱਲ ਦੀ ਜਿਹੜੀ ਮੈਡੀਕਲ ਟਰਮੀਨੋਲੋਜੀ ਹੈ ਉਹਦੇ ਵਿੱਚ ਗ੍ਰੀਨ ਕੋਰੀਡੋਰ ਦਾ ਮਤਲਬ ਹੁੰਦਾ ਹੈ ਕਿ ਇੱਕ ਉਹ ਰਸਤਾ ਜਿਹਦੇ ਥਰੂ ਮਨੁੱਖ ਦੇ ਜਿਹੜੇ ਰੀਟਰਾਂਸਪਲੈਂਟ ਕਰਨ ਵਾਸਤੇ ਅੰਗ ਜਾਂਦੇ ਨੇ ਉਹਨਾਂ ਨੂੰ ਇੱਕ ਰਸਤੇ ਦੇ ਵਿੱਚ ਕੋਈ ਵੀ ਲਾਲ ਬੱਤੀ ਨਹੀਂ ਆਉਂਦੀ ਹੂੰ ਉਹਨੂੰ ਬਕਾਇਦਾ ਗ੍ਰੀਨ ਬੱਤੀ ਜਿੱਥੋਂ ਦੀ ਵੀ ਉਹ ਅੰਗ ਜਿਹੜੇ ਜਾਂਦੇ ਨੇ ਕਿਉਂਕਿ ਜਿਹੜਾ ਅੰਗ ਆਪਾਂ ਮਤਲਬ ਵੀ ਬ੍ਰਾਂਡਡ ਸਰੀਰ ਦਾ ਜਿਹੜਾ ਜਾਂਦਾ ਹੈਗਾ ਉਦੀ ਮਿਆਦ ਜਿਹੜੀ ਹੈਗੀ ਹੈ ਕੁਝ ਘੰਟਿਆਂ ਦੀ ਹੁੰਦੀ ਹੈ ਜੀ ਜੀ ਔਰ ਉਹਨੂੰ ਜੇ ਉਹ ਅੰਗ ਜਿਹੜੇ ਆਪਾਂ ਦੂਰ ਲੈ ਜਾਣੇ ਹੈਗੇ ਨੇ ਤੇ ਉਹਦੇ ਵਾਸਤੇ 에어 ਐਮਬੂਲੈਂਸ ਦੀ ਪ੍ਰਵੀਜ਼ਨ ਵੀ ਜਿਹੜੀ ਹੈ ਪਰ ਪਰ ਸਰਕਾਰ ਵੱਲੋਂ ਕੀਤੀ ਗਈ ਹੈ ਜੀ 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 ਕਿ ਮੰਨ ਲਓ ਜਲੰਧਰ ਤੋਂ ਕੋਈ ਕੋਈ ਵਿਅਕਤੀ ਹੈਗਾ ਜੀ ਮੈਂ ਸ਼ਾਇਦ ਦੱਸਣਾ ਭੁੱਲ ਨਾ ਜਾਵਾਂ ਕਿ ਅਜੇ 2 ਦਿਨ ਪਹਿਲਾਂ ਹੀ ਇੱਕ ਜੋੜੇ ਦੀ ਅਕਸਮਤ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਹੈ ਤੇ ਉਹਨਾਂ ਨੇ ਆਪਣੀਆਂ ਜਲੰਧਰ ਦੇ ਵਿੱਚ ਆਪਣੀਆਂ ਕਿਡਲੀਆਂ ਜਿਹੜੀਆਂ ਹੈਗੀਆਂ ਨੇ ਉਹ ਦਾਨ ਕਰ ਦਿੱਤੀਆਂ ਹੈ ਜੀ ਜੀ ਇੱਕ ਕੁਛ ਹੀ ਮਹੀਨਿਆਂ ਦਾ ਬੱਚਾ ਸੀ ਜਿਹੜਾ ਉਹ ਬ੍ਰੇਨ ਡੈਡ ਹੋ ਗਿਆ ਸੀਗਾ ਤੇ ਉਹਦੇ ਸਾਰੇ ਦੇ ਸਾਰੇ ਅੰਗ ਜਿਹੜੇ ਹੈਗੇ ਨੇ ਉਹ ਦੂਜਿਆਂ ਦੇ ਵਿੱਚ ਰੀਟਰਾਂਸਪਲੈਂਟ ਕਰ ਦਿੱਤੇ ਗਏ ਨੇ ਉਹ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਜਿਹੜਾ ਹੈਗਾ ਆਪਣੇ ਆਪ ਨੂੰ ਅਮਰ ਕਰ ਗਿਆ ਹੈਗਾ ਹੂੰ ਤਾਂ ਇਹ ਜਿਹੜੇ ਮੰਨ ਲਓ ਤੇ ਤੂੰ ਸਾਨੂੰ ਇਹ ਐਂਬੂਲੈਂਸ ਜਿਹੜੀ ਸਾਨੂੰ ਇੱਥੋਂ ਜਿਹੜਾ ਸਾਡੇ ਲੱਗੇ ਸਟੇਸ਼ਨ ਹੈ ਜਿੱਥੇ ਤੁਸੀਂ ਰਹਿਣ ਵਾਲੇ ਹੋ ਉੱਥੋਂ ਮਿਲ ਜਾਏਗਾ ਉਹ ਜੇ ਤੁਸੀਂ ਉਹਨੂੰ ਚੇਨਈ ਲੈ ਜਾਣਾ ਹੈ ਜਾਂ ਤੁਸੀਂ ਉਹਨੂੰ ਆਪਣਾ ਦਿੱਲੀ ਲੈ ਜਾਣਾ ਹੈ ਜਾਂ ਮੁੰਬਈ ਲੈ ਜਾਣਾ ਹੈਗਾ ਤੋ ਉੱਥੇ ਦੀ ਜਿਹੜੀ ਫਲਾਈਟ ਜਿਹੜੀ ਹੈਗੀ ਆ ਉਹ ਉੱਥੇ ਦੀ ਤੁਹਾਨੂੰ ਮਤਲਬ ਉਹ ਮਿਲ ਜਾਏਗੀ ਉਸ ਤੋਂ ਬਾਅਦ ਸਟੇਟ ਪੁਲਿਸ ਤੇ ਜਿੱਥੇ ਉਹ ਅੰਗ ਜਿਹੜੇ ਜਾਣੇ ਨੇ ਉੱਥੇ ਦੀ ਪੁਲਿਸ ਬਕਾਇਦਾ ਜਿਸ ਰਸਤੇ ਥਾਣੀ ਉਹ ਅੰਗ ਜਿਹੜੇ ਨੇ ਲਿਜਾਏ ਜਾਣੇ ਨੇ ਉਹਦੇ ਵਾਸਤੇ ਇੱਕ ਸਪੈਸ਼ਲ ਰਸਤਾ ਕ੍ਰੀਏਟ ਕਰਤਾ ਜਿੰਦਾ ਜਿਹਦੇ ਵਿੱਚ ਐਂਬੂਲੈਂਸ ਦੀ ਤੁਹਾਨੂੰ ਕਿਧਰੇ ਵੀ ਰੁਕਦੀ ਨਹੀਂ ਹੈਗੀ ਪੁਲਿਸ ਪੈਰ ਪੈਰ ਤੇ ਜਿਹੜੀ ਹੈ ਉਹ ਖੜੀ ਹੁੰਦੀ ਹੈਗੀ ਤੇ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤੇ ਉਹ ਮਿੱਥੇ ਸਮੇਂ ਤੇ ਜਿਹੜੇ ਉਹ ਅੰਗਨੇ ਉੱਤੇ ਪਹੁੰਚਾਤੇ ਜਾਂਦੇ ਹੈਗੇ ਔਰ ਮੈਂ ਤੁਹਾਨੂੰ ਇੱਕ ਹੋਰ ਮਜ਼ੇਦਾਰ ਗੱਲ ਦੱਸਾਂ ਕਿ ਦੁਨੀਆ ਦੇ ਵਿੱਚ ਕਹਿੰਦੇ ਕਿ ਜਿਹੜੀ ਲੈਂਬਰਗਿਨੀ ਜਿਹੜੀ ਗੱਡੀ ਹੈਗੀ ਆ ਉਹ ਬਹੁਤ ਮਹਿੰਗੀ ਹੈ ਸ਼ਾਇਦ ਕਰੋੜਾਂ ਰੁਪਏ ਦੀ ਹੈਗੀ ਜਿੱਦਾਂ ਅਸੀਂ ਕਦੇ ਸੁਪਨਾ ਲੈ ਸਕਦੇ ਤੇ ਇਟਲੀਆ ਦੇ ਵਿੱਚ ਇਟਲੀ ਦੇ ਵਿੱਚ ਮਨੁੱਖੀ ਅੰਗਾਂ ਨੂੰ ਇੰਨਾ ਸਤਿਕਾਰ ਦਿੱਤਾ ਜਾਂਦਾ ਹੈ ਕਿ ਉਹ ਰੀ-ਟਰਾਂਸਪਲੈਂਟ ਕਰਨ ਵਾਲੇ ਜਿਹੜੇ ਅੰਗ ਨੇ ਉਹ ਲੈਂਬਰਗਿੰਨੀ ਗੱਡੀ ਦੇ ਵਿੱਚ ਲਿਜਾਏ ਜਾਂਦੇ ਹੈਗੇ। ਉਹ ਲਓ ਜੀ ਦੇਖੋ ਇੰਨੀ ਇਹ ਅਹਿਮੀਅਤ ਆ। ਵੈਸੇ ਤੇ ਪ੍ਰਮਾਤਮਾ ਨੇ ਸਾਨੂੰ ਬਹੁਤ ਅਮੀਰਤਰੀਨ ਬਣਾ ਕੇ ਭੇਜਿਆ। ਕਿਉਂਕਿ ਜੇਕਰ ਹੁਣ ਮੰਨ ਲਓ ਅੱਖਾਂ ਦਾ ਕੋਈ ਆਪਰੇਸ਼ਨ ਕਰਾਉਣਾ ਹੋਵੇ ਲਗਭਗ ਲੱਖ ਰੁਪਏ ਦਾ ਹੋ ਜਾਂਦਾ ਹੈ। ਦੋਨਾ ਖਾਂ ਦਾ ਤੇ ਜੇਕਰ ਅਸੀਂ ਗੋਡਿਆਂ ਦਾ ਆਪਰੇਸ਼ਨ ਕਰਾਉਣਾ ਹੋਵੇ ਚੂਲੇ ਦਾ ਕਰਾਉਣਾ ਹੋਵੇ ਦਿਲ ਦਾ ਕਰਾਉਣਾ ਹੋਵੇ ਕਿੰਨੀਆਂ ਚੀਜ਼ਾਂ ਦੇ ਉੱਪਰ ਜੇਕਰ ਅਸੀਂ ਸਾਰਾ ਲਈਏ ਤਾਂ ਲੱਖਾਂ ਰੁਪਏ ਲੱਗ ਸਕਦੇ ਆ ਪਰ ਪਰਮਾਤਮਾ ਨੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਇਹ ਮੁਫਤ ਦੇ ਕੇ ਭੇਜੀਆਂ ਨੇ ਕੁਦਰਤ ਨੇ ਇੰਨਾ ਸਾਨੂੰ ਅਮੀਰ ਬਣਾ ਕੇ ਭੇਜਿਆ ਕਰੋਨਾਪਤੀ ਬਣਾ ਕੇ ਭੇਜਿਆ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇਕਰ ਕੁਦਰਤ ਨੇ ਸਾਨੂੰ ਚੀਜ਼ਾਂ ਦਿੱਤੀਆਂ ਤੇ ਅਸੀਂ ਵੀ ਵਾਪਸ ਕੁਦਰਤ ਨੂੰ ਹੀ ਦੇ ਜਾਈਏ ਤਾਂ ਕਿੰਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਬਚ ਸਕਦੀ ਹੈ ਔਰ ਇੱਕ ਗੱਲ ਹੋਰ ਅੰਗਦਾਨੀ ਨੇ ਆਪਣੇ ਮਨ ਬਣਾ ਲਿਆ ਕਿ ਉਹਨੇ ਅੰਗਦਾਨ ਕਰਨੇ ਆ ਉਹਨੇ ਅੰਗਦਾਨ ਕਰ ਦਿੱਤੇ ਉਹਦੇ ਘਰਦਿਆਂ ਨੂੰ ਕਿਵੇਂ ਪਤਾ ਲੱਗੇ ਮੁਹੱਲੇ ਵਾਲਿਆਂ ਨੂੰ ਕਿਵੇਂ ਪਤਾ ਲੱਗੇ ਆਲੇ ਦੁਆਲੇ ਨੂੰ ਕਿਵੇਂ ਪਤਾ ਲੱਗੇ ਕਿ ਹਾਂ ਵੀ ਇਸ ਬੰਦੇ ਨੇ ਹੁਣ ਆਪਣੀ ਇੱਛਾ ਜਿਹੜੀ ਹੈ ਪ੍ਰਗਟਾ ਦਿੱਤੀ ਆ ਇਹਦੀ ਇੱਛਾ ਅਸੀਂ ਵੀ ਪੂਰੀ ਕਰਨੀ ਆ ਇਹ ਸਵਾਲ ਤੁਸੀਂ ਮੈਨੂੰ ਮੇਰੇ ਇਸ ਦੋ ਕਥਨਾਂ ਉਦੋਂ ਬਾਅਦ ਕਰਨਾ ਇੱਕ ਜ਼ਰੂਰੀ ਜਿਹੜੀ ਚੀਜ਼ ਹੈ ਉਹ ਮੈਂ ਉਹ ਦੱਸਾਂ ਕਿ ਜਦੋਂ ਕਹਿੰਦੇ ਆ ਨਾ ਕੋ ਸ਼ਿਵ ਦਾ ਇੱਕ ਸ਼ੇਅਰ ਸੀਗਾ ਨਾ ਆਪਣੇ ਕਵਿਤਾ ਦੇ ਵਿੱਚ ਇੱਕ ਕੋ ਜੰਚ ਸੀਗੇ ਕਿ ਬੇਹੇ ਫੁੱਲ ਦਾ ਦਿਓ ਤੇ ਅੱਗੇ ਰੱਖਣਾ ਕੀ ਹਾਂ ਹੈਨਾ ਵੀ ਆਪਾਂ ਕਦੇ ਵੀ ਬੇਹੇ ਫੁੱਲ ਜਾਂ ਕੋਈ ਮਾੜੀ ਸਮਗਰੀ ਜਿਹੜੀ ਹੈਗੀ ਆ ਉਹ ਕਿਸੇ ਵੀ ਧਾਰਮਿਕ ਸਥਾਨ ਤੇ ਭੇਟ ਨਹੀਂ ਕਰਦੇ ਜੀ ਤੇ ਜੇ ਅਸੀਂ ਆਪਣਾ ਸਰੀਰ ਜੇ ਹੈਗਾ ਉਹ ਦਾਨ ਕਰ ਦਿੱਤਾ ਹੈਗਾ ਤਾਂ ਉਸ ਸਰੀਰ ਨੂੰ ਤੰਦਰੁਸਤ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੀ ਹੋਰ ਵੱਧ ਜਾਂਦੀ ਹੈ ਜੀ ਕਿ ਅਸੀਂ ਆਪਣੇ ਲਾਈਫ ਸਟਾਈਲ ਦੁਆਰਾ ਆਪਣੀਆਂ ਚੰਗੀਆਂ ਆਦਤਾਂ ਦੁਆਰਾ ਆਪਣੇ ਸਰੀਰ ਨੂੰ ਇੰਨਾ ਕੁ ਵਧੀਆ ਜਿਹੜਾ ਵਧੀਆ ਛੱਡ ਜਾਈਏ ਤਾਂ ਕਿ ਜਿਹੜੇ ਆਉਣ ਵਾਲੇ ਜਦੋਂ ਸਾਡੇ ਅੰਗ ਕਿਸੇ ਨੂੰ ਦਿੱਤੇ ਜਾਣ ਤੇ ਉਹ ਪੂਰਨ ਸਥਿਤੀ ਦੇ ਵਿੱਚ ਅੰਗ ਜਿਹੜੇ ਨੇ ਉਹ ਕੰਮ ਕਰਦੇ ਹਨ ਨਾ ਕਿ ਜਿਹੜਾ ਸਾਡਾ ਉਹ ਲੀਵਰ ਵੀ ਕੰਮ ਨਾ ਕਰਦਾ ਹੋਵੇ ਤੇ ਜਾਂ ਹੋਰ ਇਹ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਇਸੇ ਖੁਸ਼ੀ ਦੇ ਵਿੱਚ ਇਸੇ ਹੱਟ ਲਈਏ ਕਿ ਅਸੀਂ ਦਾ ਸਰੀਰਦਾਨ ਕਰ ਦਿੱਤਾ ਜੀ ਹੁਣ ਜੋ ਮਰਜ਼ੀ ਕਰਦੇ ਨੇ ਜੀ ਹੁਣ ਘਰ ਦੇ ਵਿੱਚ ਸਾਡੇ ਘਰਦਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਬੰਦੇ ਨੇ ਅੰਗਦਾਨ ਕੀਤੇ ਨੇ ਉਹ ਕਿਵੇਂ ਉਸ ਬੰਦੇ ਦੀ ਪਤਾ ਲੱਗੇ ਕਿ ਹਾਂ ਵੀ ਸਾਡੇ ਮੁੰਡੇ ਨੇ ਸਾਡੇ ਕਾਕੇ ਨੇ ਤੇ ਜਾਂ ਫਿਰ ਸਾਡੇ ਬਜ਼ੁਰਗਾ ਨੇ ਅੰਗਦਾਨ ਕੀਤੇ ਹੋਏ ਨੇ ਅਸੀਂ ਇਹਨਾਂ ਦੇ ਇਨਾਂ ਦੀ ਇਸ ਇੱਛਾ ਦੇ ਮੁਤਾਬਕ ਅਸੀਂ ਕੰਮ ਕਰ ਕਰਨਾ ਹੈ ਉਹ ਪਹਿਲਾਂ ਤਾਂ ਜੀ ਉਹ ਇੱਕ ਪਿੰਡਾਂ ਚ ਆਮ ਕਹਾਵਤ ਹੁੰਦੀ ਹੈ ਨਾ ਵੀ ਭਾਈ ਜੇ ਤੁਹਾਨੂੰ ਕੋਈ ਤਕਲੀਫ ਹੈ ਨਾ ਤੇ ਕੋਠੇ ਜੜ ਕੇ ਰੋਣਾ ਚਾਹੀਦਾ ਜੀ ਹੈਨਾ ਜੀ ਇਹ ਜਿੱਦਾਂ ਅਸੀਂ ਕਹਿੰਨੇ ਆ ਨਾ ਵੀ ਆਮ ਅਸੀਂ ਅੱਜ ਕੱਲ ਸੋਸ਼ਲ ਸਟੇਟਸ ਹੋ ਜਾਂਦਾ ਵੀ ਲੈ ਵੀ ਮੇਰਾ ਮੁੰਡਾ ਚੱਲਿਆ ਜੇ ਕੈਨੇਡਾ ਹੈਨਾ ਆਪਣਾ ਜਦੋਂ ਵੀ ਆਪਾਂ ਇਹ ਪ੍ਰਣ ਲੈਨੇ ਆ ਤੇ ਆਪਾਂ ਕੋਠੇ ਜੜ ਕੇ ਰੋਲਾ ਪਾਈਓ ਲੈ ਭਾਈ ਉਹ ਜਿਹੜਾ ਕੰਮ ਕੋਈ ਨਹੀਂ ਕਰ ਸਕਿਆ ਵੀ ਜਿਹੜਾ ਬਹੁਤ ਘੱਟ ਕਰਦੇ ਆ ਨਾ ਉਹ ਐਨੇ ਝੂਠੋ ਸੂਰਮਾ ਜਿਹੜਾ ਮੈਂ ਹੈਗਾ ਭਾਈ ਮੈਂ ਕਰਦਾ ਸਰੀਰਦਾਨ ਭਾਈ ਹੂੰ ਠੀਕ ਆ ਜੀ ਤੁਸੀਂ ਵੀ ਕਰੋ ਹੂੰ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਕੋਈ ਭਾਈ ਮੈਂ ਸਰੀਰਦਾਨ ਕਰਤਾ ਹੂੰ ਆ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਜੀ ਆਪਣੇ ਆਂਗਵਾੜ ਉੱਥੇ ਵੀ ਰੌਲਾ ਪਾ ਦਿਓ ਹੂੰ ਹੂੰ ਜਿੱਥੇ ਤੁਸੀਂ ਸ਼ਾਮ ਨੂੰ ਬਹਿੰਦੇ ਕਰਉਂਦੇ ਹੋ ਯਾਰਾਂ ਦੋਸਤਾਂ ਨਾਲ ਹੂੰ ਉਹਨਾਂ ਕੋਲ ਵੀ ਰੌਲਾ ਪਾਓ ਉਹਨਾਂ ਨੂੰ ਵੀ ਪ੍ਰੇਰੋ ਜਦੋਂ ਐਸ ਲੈਵਲ ਤੱਕ ਤੁਸੀਂ ਮਤਲਬ ਤੁਸੀਂ ਜਦੋਂ ਤੁਸੀਂ ਅੰਗਦਾਨ ਕਰ ਦਿੰਦੇ ਹੋ ਨਾ ਤੇ ਤੁਸੀਂ ਆਪਣੇ ਮੁਹਾਸ਼ਰੇ ਦੇ ਵਿੱਚ ਆਪਣੀ ਸੋਸਾਇਟੀ ਦਾ ਇੱਕ ਰੋਲ ਮਾਡਲ ਬਣ ਜਾਂਦੇ ਹੋ ਜੀ ਜੀ ਉਹ ਰੋਲ ਮਾਡਲ ਜਿਹੜੇ ਜ਼ਰੂਰੀ ਨਹੀਂ ਕਿ ਹੀਰੋ ਹੀ ਜਿਹੜੇ ਨੇ ਉਹ ਰੋਲ ਮਾਡਲ ਹੁੰਦੇ ਨੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸਮਾਜਿਕ ਕੰਮ ਕਰਦੇ ਹੈਗੇ ਨੇ ਉਹ ਐਕਟਰਾਂ ਨਾਲੋਂ ਜ਼ਿਆਦਾ ਵਧੀਆ ਮਤਲਬ ਰੋਲ ਮਾਡਲ ਨੇ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਅਸੀਂ ਨਾਂ ਜਿਹੜੇ ਨੂੰ ਉਂਗਲਾਂ ਤੇ ਮਤਲਬ ਗਿਣ ਸਕਦੇ ਜੀ 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 ਤਾਂ ਮੇਰਾ ਇਹ ਮਤਲਬ ਮਤਲਬ ਕਹਿਣਾ ਹੈਗਾ ਕਿ ਜਦੋਂ ਵੀ ਤੁਸੀਂ ਇਹ ਨਿਰਣੈ ਲਵੋ ਹੂੰ ਤੇ ਆਪਣੇ ਇਸ ਕੰਮ ਦੇ ਵਿੱਚ ਨਾਲ ਜੁਟਜੋ ਜੇ ਚੰਗਾ ਕੰਮ ਆ ਤੁਸੀਂ ਤਾਂ ਹੀ ਕੀਤਾ ਹੈ ਨਾ ਤੇ ਇਸ ਚੰਗੇ ਕੰਮ ਨੂੰ ਕਰਨ ਵਾਸਤੇ ਦੂਜੇ ਲੋਕਾਂ ਨੂੰ ਵੀ ਇਹਦੇ ਨਾਲ ਆਪਣੀ ਜਿਹੜੀ ਇਹ ਪ੍ਰੇਰਣਾ ਦਿਓ ਇਸ ਦੇ ਨਾਲ ਹੀ ਅਸੀਂ ਜਦੋਂ ਅਸੀਂ ਕੋਈ ਅੰਗਦਾਨ ਕਰਦਾ ਹੈਗਾ ਤੇ ਉਹਨੂੰ ਬਕਾਇਦਾ ਨਾ ਇੱਕ ਡੋਨਰ ਕਾਰਡ ਦਿੱਤਾ ਜਾਂਦਾ ਹੈ ਉਹ ਕਾਰਡ ਤੁਸੀਂ ਆਪਣੀ ਜੇਬ ਦੇ ਵਿੱਚ ਪਰਸ ਦੇ ਵਿੱਚ ਰੱਖਦੇ ਹੋ ਜਿੱਦਾਂ ਤੁਸੀਂ ਆਪਣਾ ਏਟੀਐਮ ਜਾਂ ਡਰਾਈਵਿੰਗ ਲਾਇਸੈਂਸ ਮਤਲਬ ਰੱਖਦੇ ਲੈਂਗੇ ਮਨ ਲਓ ਕੱਲ ਨੂੰ ਕੋਈ ਅਣ ਸਖਾਵੀ ਦੁਰਘਟਨਾ ਕਰੇ ਹੋ ਜਾਂਦੀ ਹੈ ਤੇ ਤੁਹਾਡਾ ਪਰਸ ਜਦੂ ਫਰੋਲਿਆ ਜਾਂਦਾ ਤੇ ਉਹਦੇ ਵਿੱਚ ਜਦ ਤੁਹਾਡਾ ਡੋਨਰ ਕਾਰਡ ਵਿੱਚੋਂ ਨਿਕਲਦਾ ਤੇ ਪੁਲਿਸ ਜਿਹੜੀ ਹੈਗੀ ਹੈ ਉਹ ਹਸਪੀਟਲ ਨੂੰ ਇਨਫਾਰਮ ਕਰਦੀ ਹੈ ਕਿ ਕੇਸ ਬੰਦੇ ਨੇ ਆਪਣਾ ਜਿਹੜਾ ਸਰੀਰਦਾਨ ਜਾਂ ਅੰਗ ਸਰੀਰ ਅੱਖਾਂ ਜਾਂ ਅੰਗਦਾਨ ਦੇ ਜਿਹੜੇ ਉਹ ਕੀਤਾ ਹੋਇਆ ਤੇ ਉਹ ਪ੍ਰੋਪਰਲੀ ਜਿਹੜਾ ਹੈਗਾ ਉਹਦੀ ਉਹਦੀ ਟੇਕ ਕੇਅਰ ਹੋ ਜਾਂਦੀ ਹੈ ਜੀ 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 ਉਸ ਤੋਂ ਬਾਅਦ ਅਸੀਂ ਇੱਕ ਸਟਿੱਕਰ ਜਿਹੜਾ ਹੈਗਾ ਨਾ ਉਹ ਮਤਲਬ ਵੀ ਬਣਵਾਇਆ ਹੈਗਾ ਉਹ ਲੋਕਾਂ ਨੂੰ ਜਿੰਨੇ ਕਿ ਜਿੱਥੇ ਤੁਸੀਂ ਘਰ ਦੀਆਂ ਚਾਬੀਆਂ ਟੰਗਦੇ ਹੋ ਨਾ ਉੱਥੇ ਸਟicker ਲਾ ਦਿਓ ਹੂੰ ਕਿ ਪ੍ਰਾਊਡ ਆਰਗਨ ਡੋਨਰ ਜਾਂ ਪ੍ਰਾਊਡ ਬਾਡੀ ਡੋਨਰ ਹੂੰ ਤੇ ਕਰਦੇ ਉਹ ਚਾਬੀਆਂ ਜਿਹੜੀਆਂ ਘਰ ਦੇ ਵਿੱਚੋਂ ਕਈ ਵਾਰੀ ਮਤਲਬ ਵੀ ਕਦੇ ਬੱਚੇ ਜਾਂ ਘਰ ਦੇ ਤੁਹਾਡੀ ਵਾਈਫ ਜਾਂ ਦੂਜੇ ਘਰ ਦੇ ਮੈਂਬਰ ਨੇ ਉਹ ਚੁੱਕਦੇ ਨੇ ਤੇ ਹਰ ਵਾਰ ਇਹਨਾਂ ਨੂੰ ਰਿਮਾਈਂਡ ਹੁੰਦਾ ਯਾਰ ਇਹ ਬੰਦੇ ਨੇ ਸਰੀਰਦਾਨ ਕੀਤਾ ਇਸ ਬੰਦੇ ਨੇ ਅੱਖਾਂਦਾਨ ਕੀਤੀਆਂ ਜਿਸ ਦਿਨ ਜੇ ਅੱਖਾਂਦਾਨ ਕਰਨ ਵਾਲੇ ਦੀ ਜਾਂ ਸਰੀਰਦਾਨ ਕਰਨ ਵਾਲੇ ਦੀ ਬਹੁਤ ਹੁੰਦੀ ਹੈ ਤੋ ਕਰਦਿਆਂ ਨੂੰ ਉਦੋਂ ਜਦੋਂ ਚਾਬੀਆਂ ਚੱਕਣ ਨੂੰ ਅੱਛਾ ਯਾਰ ਇਹਨੇ ਯਾਰ ਅੱਖਾਂ ਦਾਣ ਕੀਤੀ ਆ ਫੋਨ ਕਰੋ ਯਾਰ ਹੂੰ ਇਹ ਫਲਾਣੀ ਐਨਜੀਓ ਨੂੰ ਫਲਾਣੀ ਹਸਪਤਾਲ ਨੂੰ ਫੋਨ ਕਰ ਦੋ ਆਪਣੇ ਆਪ ਆਪ ਆ ਕੇ ਜਿਹੜਾ ਉਹ ਮਤਲਬ ਇਹਨਾਂ ਤੋਂ ਕਾਰਨੀਆ ਰਿਮੂਵ ਕਰਕੇ ਲੈ ਜਾਣਗੇ ਜਾਂ ਜਿਹੜਾ ਸਰੀਰ ਜੇ ਪੂਰਨਦਾਨ ਕੀਤਾ ਤੇ ਉਹ ਸਰੀਰ ਜਿਹੜਾ ਉਹ ਦਾਨ ਕਰ ਲੈਣਗੇ ਜੀ ਜੀ ਇੱਕ ਇੱਕ ਸਵਾਲ ਹੋ ਰਿਹਾ ਹੈ ਜ਼ੈਨ ਦੇ ਵਿੱਚ ਘੁੰਮ ਰਿਹਾ ਕਿ ਜੇ ਮੰਨ ਲਓ ਕਿਸੇ ਐਕਸੀਡੈਂਟ ਦੇ ਵਿੱਚ ਮਲਟੀ ਫ੍ਰੈਕਚਰ ਹੋ ਜਾਂਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਸਰੀਰ ਦਾ ਤਾਂ ਕਿ ਉੱਥੇ ਵੀ ਕੋਈ ਅੰਗ ਕੰਮ ਆ ਸਕਦੇ ਨੇ ਜੀ ਬਿਲਕੁਲ ਕਿਉਂ ਨਹੀਂ ਕਿਉਂ ਨਹੀਂ ਹੁਣ ਐਕਸੀਡੈਂਟ ਹੋਣ ਤੋਂ ਬਾਅਦ ਜੇ ਤੁਹਾਨੂੰ ਕਲੀਨਿਕਲੀ ਡੈੱਡ ਡਿਕਲੇਅਰ ਕਰਤਾ ਜਾਂਦਾ ਹੈ ਤੁਹਾਡੇ ਜਿੰਨੇ ਅੰਗ ਬਚਦੇ ਨੇ ਸਾਰੇ ਕੰਮ ਆ ਜਾਣਗੇ ਜੀ ਜੀ ਈਵਨ ਮੈਂ ਤੁਹਾਨੂੰ ਦੱਸਿਆ ਕਿ 54 ਬਾਡੀ ਦੇ ਟਿਸ਼ੂ ਤੇ 8 ਅੰਗ ਕਿੰਨੇ ਹੋਗੇ ਬਾਠ ਹੂੰ ਜਿਹੜਾ ਲੀਵਰ ਹੈ ਹੂੰ ਉਹ ਦੋ ਜਾਂ ਤਿੰਨ ਬੰਦਿਆਂ ਦੇ ਹਿੱਸੇ ਆ ਜਾਂਦਾ ਹੈਗਾ ਜੀ ਜਿਹੜੀ ਕਿਡਨੀਜ਼ ਨੇ ਉਹ ਦੋ ਬੰਦਿਆਂ ਦੇ ਹਿੱਸੇ ਆ ਜਾਂਦੀਆਂ ਨੇ ਜਿਹੜੀਆਂ ਅੱਖਾਂ ਨੇ ਉਹ ਚਾਰ ਬੰਦਿਆਂ ਦੇ ਹਿੱਸੇ ਆ ਜਾਂਦੀਆਂ ਹੂੰ 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 ਤਾਂ ਜੋ ਜੋ ਜਿਹੜਾ ਹੈਗਾ ਸਰੀਰ ਦੇ ਵਿੱਚੋਂ ਜੋ ਜੋ ਵਰਤਿਆ ਜਾ ਸਕਦਾ ਹੈਗਾ ਉਹਨੂੰ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਹੈ ਉਹ ਅਲੱਗ-ਅਲੱਗ ਥਾਵਾਂ ਤੇ ਦੇ ਜਿੰਦੀ ਹੈਗੀ ਜਿੱਥੇ-ਜਿੱਥੇ ਉਹ ਕੰਮ ਆ ਸਕਦੇ ਹੁੰਦੇ ਜੀ ਜਾਂਦੇ ਜਾਂਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਸਮਾਜ ਸੇਵੀ ਸੰਸਥਾਾਂ ਮਾ ਵਿਦਿਅਕ ਸੰਸਥਾਾਂ ਮਾ ਜਾਂ ਹੋਰ ਸੰਸਥਾਾਂ ਮਾ ਕੀ ਰੋਲ ਅਦਾ ਕਰ ਸਕਦੇ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜੇ ਤੁਸੀਂ ਮੈਨੂੰ ਆਗਿਆ ਦਿਓ ਤੇ ਮੈਂ ਮੇਰੇ ਕੋਸ਼ਿਕ ਜਿਹੜੇ ਹੋਰ ਸੰਸਥਾਾਂਾਂ ਦੇ ਜਿਹੜੇ ਸਾਥੀ ਨੇ ਉਹ ਬੜਾ ਇਜ਼ਤਨ ਯਤਨ ਕਰਦੇ ਪਏ ਨੇ ਅਸੀਂ ਮਾਫੀ ਚਾਹਾਂਗੇ ਸਮਾਂ ਸਾਡੇ ਕੋਲ ਘਟਿਆ ਜੀ ਹਾਂਜੀ ਜੀ ਅਸੀਂ ਇਹੀ ਚਾਹਾਂਗੇ ਕਿ ਕਿਹੜੀਆਂ ਸੰਸਥਾਾਂ ਮਾ ਜਿਹੜੀਆਂ ਕੰਮ ਕਰਨ ਕਿਹੋ ਜਿਹਾ ਕੰਮ ਕਰਨ ਕਿ ਲੋਕ ਅੱਗੇ ਆਉਣ ਮੇਰਾ ਖਿਆਲ ਹੈ ਕਿ ਦੂਰਦਰਸ਼ਨ ਦੇ ਮਾਧਿਅਮ ਰਹੀ ਜਿਹੜਾ ਪ੍ਰੋਗਰਾਮ ਅਸੀਂ ਇਸ ਵੇਲੇ ਕਰ ਰਹੇ ਹੈਗੇ ਆ ਜੀ ਉਹਦੇ ਦੀ ਸਾਰਥਕਤਾ ਇਸ ਗੱਲ ਤੇ ਮੰਨੀ ਜਾਏਗੀ ਕਿ ਬਹੁਤ ਸਾਰੇ ਲੋਕੀ ਸਾਡਾ ਇਹ ਪ੍ਰੋਗਰਾਮ ਵੇਖ ਕੇ ਅੰਗਦਾਨ ਜਿਹੜਾ ਕਰਨਾ ਸ਼ੁਰੂ ਕਰਦੇ ਆ ਜੀ ਜੀ ਉਹ ਹੋਰ ਨਾਲ ਲੋਕਾਂ ਨੂੰ ਵੀ ਪ੍ਰੇਰਣ ਪ੍ਰੇਰਣਗੇ ਅਸੀਂ ਲੋਕੀ ਸੈਮੀਨਾਰਸ ਜਿਹੜੇ ਨੇ ਆਯੋਜਿਤ ਕਰਦੇ ਰਹਿੰਨੇ ਆ ਕਾਲਜਸ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਹੋਰ ਥਾਵਾਂ ਤੇ ਡਿਫਰੈਂਟ ਵਿਧੇਕਧਾਰਾ ਦੇ ਜੀ ਜੀ ਹੈਡ ਆਫ ਦੀ ਡਿਪਾਰਟਮੈਂਟ ਜੇ ਦੋਨੋਂ ਦੀਆਂ ਮੀਟਿੰਗਸ ਹੁੰਦੀਆਂ ਨੇ ਅਸੀਂ ਉਹਨਾਂ ਵਿੱਚ ਜਾ ਕੇ ਮਤਲਬ ਇਹ ਲੋਕਾਂ ਨੂੰ ਇੰਟੈਲੀਜੈਂਸ ਜਾਂ ਕਲਾਸ ਆਫ ਦਾ ਸੁਸਾਇਟੀ ਜਿਹੜੀ ਹੈਗੀ ਉਹਨੂੰ ਜਾ ਕੇ ਉਹਨਾਂ ਕੋਲ ਜਾ ਕੇ ਆਪਣਾ ਅੰਮ ਪੰਜ ਸੱਤ ਮਿੰਟ ਦਾ ਜਿਹੜਾ ਜੜੀਆਂ ਗੱਲਾਂ ਆਪਾਂ ਤੁਹਾਡੇ ਨਾਲ ਕੀਤੀਆਂ ਉਹਨਾਂ ਨਾਲ ਕਰਦੇ ਆਂ ਔਰ ਲੋਕੀ ਉਹ ਇੰਟੈਲੀਜੈਂਸੀ ਆ ਕਲਾਸ ਜਿਹੜੀ ਹੈਗੀ ਆ ਉਹ ਆਮ ਲੋਕਾਂ ਦੀ ਜਿਹੜੀ ਰਹਿਨਮਾਈ ਕਰਦੀ ਹੈ ਪ੍ਰਤਿਨਿਧਤਾ ਕਰਦੀ ਹੈ ਉਹਨਾਂ ਲੋਕਾਂ ਦਾ ਕੋਈ ਗੱਲ ਪਹੁੰਚਾਉਂਦੇ ਹੈਗੇ ਨਹੀਂ ਬਿਲਕੁਲ ਜੀ ਔਰ ਇਸੇ ਤਰ੍ਹਾਂ ਹੀ ਜੇਕਰ ਅਸੀਂ ਅੱਗੇ ਤੋਂ ਅੱਗੇ ਜੋਰ ਦਰ ਜੋਦ ਜਗਾਉਂਦੇ ਰਹਿਾਂਗੇ ਤਾਂ ਇਹ ਜਾਗਰੂਕਤਾ ਫੈਲੇਗੀ ਔਰ ਅੰਗਦਾਨ ਮਹਾਦਾਨ ਬਾਰੇ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਔਰ ਸਾਡੀਆਂ ਗੱਲਾਂ ਦੇ ਵਿੱਚ ਐਸਮ ਸਿੰਘ ਜੀ ਤੁਸੀਂ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁ